पंजाबी नेशनल टीवी देख रहे सारे दर्शकों नूं रणजीत सिंह सिद्धू वालों सत श्री अकाल। रणजीत सिद्धू शो लैके आप दी सेवा दे विच एक बार फिर हाजिर हो गया हां जी। जिस तरह तुसीं जानदे हो कि पंजाबी नेशनल टीवी 24 घंटे 7 दिन आप दी सेवा दे विच हाजिर रहिंदा है। कैलगरी अते एडमिंटन दे विच सवेरे लगभग 8 तों लैके 9 बजे दे विचकार असीं गलबात करदे हां प्रसिद्ध बुलारे पंजाब तों प्रोफेसर गुरभजन सिंह गिल होणा नाल। ਵੱਖ ਵੱਖ ਖਬਰਾਂ ਵੱਖ ਵੱਖ ਜਿਹੜੇ ਕਰੰਟ ਇਸ਼ੂਜ਼ ਨੇ ਉਹਨਾਂ ਦੇ ਵਿਚਾਰ ਜਾਣਨ ਦੀ ਸਾਡੀ ਕੋਸ਼ਿਸ਼ ਰਹਿੰਦੀ ਹੈ। ਅੱਜ ਵੀ ਗੱਲਬਾਤ ਕਰਾਂਗੇ ਜੀ ਗਿੱਲ ਸਾਹਿਬ ਨਾਲ ਲੁਧਿਆਣਾ ਸ਼ਹਿਰ ਤੋਂ। ਇਸ ਸਮੇਂ ਗਿੱਲ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ। ਗਿੱਲ ਸਾਹਿਬ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਬਹੁਤ ਪਿਆਰ ਨਾਲ ਸਤਿ ਸ਼੍ਰੀ ਅਕਾਲ ਸਾਰੇ ਭੈਣਾਂ ਭਰਾਵਾਂ ਨੂੰ, ਸਰੋਤਿਆਂ ਦਰਸ਼ਕਾਂ ਨੂੰ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਜੀ ਗਿੱਲ ਸਾਹਿਬ, ਕਈ ਦਿਨਾਂ ਤੋਂ ਜਿਹੜਾ ਹੈ ਜੀ ਕਿਸਾਨ ਅੰਦੋਲਨ ਚੱਲ ਰਿਹਾ ਹੈ ਅਤੇ ਪਿਛਲੇ ਕੁਝ ਦਿਨਾਂ ਤੋਂ ਇਸ ਤਰ੍ਹਾਂ ਕਹਿ ਲਓ ਕਿ ਇੱਕ ਰੋਕ ਲੱਗੀ ਹੋਈ ਹੈ ਗੱਲਬਾਤ ਦੇ ਵਿੱਚ ਅਤੇ ਹੁਣ ਸ਼ਾਇਦ ਕੁਝ ਉਮੀਦਾਂ ਕੀਤੀਆਂ ਜਾ ਰਹੀਆਂ ਨੇ ਕਿ ਗੱਲਬਾਤ ਅੱਗੇ ਵਧੇਗੀ, ਪਰ ਕਿਸਾਨਾਂ ਦੇ ਵਿੱਚ ਜਿਹੜਾ ਗੁੱਸਾ ਹੈ ਉਹ ਦਿਨੋ ਦਿਨ ਵੱਧ ਰਿਹਾ ਹੈ ਕਿਉਂਕਿ ਉਹਨਾਂ ਦੀ ਗੱਲ ਨਹੀਂ ਸੁਣੀ ਜਾ ਰਹੀ। ਅੱਜ ਹਰਿਆਣਾ ਤੋਂ ਪਤਾ ਲੱਗਾ ਹੈ ਜੀ ਕਿ ਕਾਫੀ ਵੱਡੇ ਪੱਧਰ ਤੇ ਜਿਹੜੇ ਉੱਥੇ ਦੇ ਮੁੱਖ ਮੰਤਰੀ ਨੇ ਉਹਨਾਂ ਦਾ ਕਾਫਲੇ ਦਾ ਵਿਰੋਧ ਹੋਇਆ ਹੈ ਜੀ, ਕੀ ਖਬਰਾਂ ਨੇ ਜੀ? ਅੱਜ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਹੋਰਾਂ ਨੇ ਅੰਬਾਲਾ ਮਿਊਂਸਪਲ ਕਮੇਟੀ ਦੀਆਂ ਚੋਣਾਂ ਹੋ ਰਹੀਆਂ ਨੇ ਕਾਰਪੋਰੇਸ਼ਨ ਦੀਆਂ, ਤੇ ਉੱਥੇ ਪ੍ਰਚਾਰ ਵਾਸਤੇ ਆਉਣਾ ਸੀਗਾ। ਔਰ ਜਦੋਂ ਪ੍ਰਚਾਰ ਵਾਸਤੇ ਉਹ ਆਏ ਤਾਂ ਅਗਰਸੈਨ ਚੌਂਕ ਦੇ ਵਿੱਚ ਜਦੋਂ ਉਹਨਾਂ ਨੇ ਐਂਟਰੀ ਲਈ ਤਾਂ ਜਿਹੜੇ ਉੱਥੇ ਹਾਜ਼ਰ ਉਹਨਾਂ ਦੇ ਸੀਗੇ, ਰੱਬ ਤੜਾ ਪਰਾ ਕਰੇ, ਕਿਸਾਨ ਆਗੂ ਦਾਣਾ ਮੰਡੀ 'ਚ ਇਕੱਠੇ ਹੋਏ ਹੋਏ ਸੀਗੇ, ਉਹਨਾਂ ਨੇ ਕਾਲੀਆਂ ਝੰਡੀਆਂ ਵਿਖਾ ਕੇ ਉਹਨਾਂ ਦਾ ਸਵਾਗਤ ਕੀਤਾ। ਤੇ ਕੇਂਦਰੀ ਸਰਕਾਰ ਦੇ, ਪ੍ਰਧਾਨ ਮੰਤਰੀ ਦੇ, ਮੁੱਖ ਮੰਤਰੀ ਦੇ ਮੁਰਦਾਬਾਦ ਦੇ ਨਾਅਰੇ ਵੀ ਬਹੁਤ ਬੁਲੰਦ ਆਵਾਜ਼ 'ਚ ਲੰਮਾ ਸਮਾਂ ਆਕਾਸ਼ 'ਚ ਗੂੰਜਾਏ। ਜਿਹੜੀ ਗੱਲ ਸਮਝਣ ਵਾਲੀ ਹੋਈ ਆ ਕਿ ਜਿਹੜਾ ਇਹ ਪਿੱਠ ਸਿਆਪਾ ਪੈ ਰਿਹਾ ਹੈ, ਖਾਸ ਕਰਕੇ ਹਰਿਆਣਾ ਦੇ ਮੁੱਖ ਮੰਤਰੀ ਦੇ ਵਿਹਾਰ ਕਰਕੇ, ਖਾਸ ਕਰਕੇ ਜਦੋਂ ਉਹਨਾਂ ਨੇ ਇਸ ਨੂੰ ਰੋਕਾਂ, ਫਿਰ ਅੱਗੇ ਟੋਏ ਪੱਟਣੇ, ਹੋਰ ਸਾਰਾ ਕੁਛ, ਤੇ ਫਿਰ ਕੁਛ ਕੇਸਿਸ ਰਜਿਸਟਰ ਕਰਨੇ ਨਾਰਨੌਲ ਦੇ ਵਿੱਚ, ਹੋਰ ਥਾਵਾਂ ਦੇ ਵਿੱਚ, ਉਹਦੇ 'ਚ ਹਰਿਆਣਾ ਦੇ ਕਾਂਗਰਸੀ ਤਾਂ ਕਹਿ ਸਕਦੇ ਹਾਂ ਕਿ ਸਪੋਰਟ ਤੇ ਹੋ ਸਕਦੇ ਨੇ, ਪਰ ਆਪਣੇ ਆਪ ਦੇ ਵਿੱਚ ਵੀ ਜਿਹੜੇ ਸਾਡੇ ਕਿਸਾਨ ਆਗੂ ਵੀ ਨੇ ਉਹ ਵੀ ਬੜੇ ਤਲਖ ਅੰਦਾਜ਼ ਦੇ ਨਾਲ ਬੀਜੇਪੀ ਗਵਰਨਮੈਂਟ ਨੂੰ ਵੇਖ ਰਹੇ ਨੇ, ਔਰ ਉਹਨਾਂ ਦਾ ਗੁੱਸਾ ਜਿਹੜਾ ਬੀਜੇਪੀ ਦੇ ਨਾਲ ਨਾਲ ਜੇਜੇਪੀ ਜਿਹੜੀ ਪਾਰਟੀ ਦੁਸ਼ਯੰਤ ਚੌਟਾਲਾ ਵਾਲੀ ਹੈ ਉਸ ਦੇ ਖਿਲਾਫ ਵੀ ਬੋਲਦਾ ਕਿ ਉਹਦੀ ਜੇ ਸਪੋਰਟ ਨਾ ਹੋਵੇ ਤੇ ਹੁਣ ਤੱਕ ਖੱਟਰ ਸਰਕਾਰ ਡਿੱਗ ਪੈਣੀ ਸੀ। ਔਰ ਇਸ ਕਿਸਮ ਦਾ ਜਿਹੜਾ ਪ੍ਰੋਟੈਸਟ ਹੈ, ਵਿਰੋਧ ਹੈ, ਉਹ ਥਾਂ ਪਰ ਥਾਂ ਜਦੋਂ ਹੋਣਾ ਸ਼ੁਰੂ ਹੋ ਜਾਵੇ ਤਾਂ ਸਰਕਾਰਾਂ ਨੂੰ ਸੋਚਣਾ ਬਣਦਾ ਹੈ ਕਿ ਅਸੀਂ ਇਹਨਾਂ ਦੀਆਂ ਜਿਹੜੀਆਂ ਭਾਵਨਾਵਾਂ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਤਾਂ ਜ਼ਰੂਰ ਠੇਸ ਪਹੁੰਚਾਈ ਹੈ ਨਾ, ਜਿਹਦੇ ਕਰਕੇ ਇੱਥੋਂ ਤੱਕ ਨੌਬਤ ਆ ਗਈ ਹੈ। ਸੋ ਅੱਜ ਜਿਹੜਾ ਅੰਬਾਲਾ ਦੇ ਵਿੱਚ ਸਮਝ ਲਓ ਕਿ ਇਕਾਈ ਓਪਨਰ ਦੇ ਰੂਪ ਦੇ ਵਿੱਚ ਵੇਖਿਆ ਜਾਣਾ ਚਾਹੀਦਾ ਹੈ ਸਾਰੇ ਵਰਤਾਰੇ ਵਿਹਾਰ ਨੂੰ। ਪਰ ਦੂਜੇ ਬੰਨੇ ਜਿਹੜੀ ਗੱਲ ਸਮਝਣ ਵਾਲੀ ਹੈ ਆਪਣੇ ਰਣਜੀਤ ਜੀ, ਹੋਏ ਵੀ ਇਹ ਕਿ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਕੁਛ ਸੈਕੰਡ ਜਾਂ ਥਰਡ ਜਾਂ ਫੋਰਥ ਕਤਾਰ ਦੇ ਆਗੂ ਨੇ ਉਹ ਵੀ ਬਲ ਦੇ ਤੇਲ ਪਾਉਣ ਤੋਂ ਗੁਰੇਜ਼ ਨਹੀਂ ਕਰ ਰਹੇ। ਅੱਜ ਚੰਡੀਗੜ੍ਹ ਦੇ ਵਿੱਚ ਇੱਕ ਮੀਡੀਆ ਹਾਊਸ ਨਾਲ ਗੱਲ ਕਰਦੇ ਆ, ਜਿਹੜੇ ਇਹਨਾਂ ਦੇ ਪੰਜਾਬ ਭਾਜਪਾ ਦੇ ਬੜੇ ਅੱਛੇ ਆਗੂ ਨੇ, ਸਿਆਣੇ ਮੰਨਦਾ ਮੈਂ, ਹੁਣ ਤੱਕ ਜਿੰਨੀ ਵਾਰ ਵੀ ਉਹਨਾਂ ਨਾਲ ਗੱਲਬਾਤ ਹੋਈ ਹੈ, ਮੁਲਾਕਾਤ ਹੋਈ ਹੈ, ਮੈਚਿਓਰਿਟੀ ਲੈਵਲ ਉਹਨਾਂ ਦਾ ਚੰਗਾ ਹੁੰਦਾ ਹੈ। ਪਰ ਅੱਜ ਜਿਹੜੀ ਗੱਲ ਉਹਨਾਂ ਨੇ ਕੀਤੀ ਉਹਦੇ ਬਾਰੇ ਬੜਾ ਅਕੈਡਮਿਕਸ ਦੇ ਵਿੱਚ ਤੇ ਹੋਰ ਥਾਵਾਂ ਦੇ ਵਿੱਚ ਬੜਾ ਇੱਕ ਵੱਖਰੀ ਕਿਸਮ ਦੀ ਚਰਚਾ ਛਿੜ ਗਈ ਹੈ, ਰਾਦਰ ਉਹਦੀ ਕੰਡੈਮਨੇਸ਼ਨ ਸ਼ੁਰੂ ਹੋ ਗਈ ਹੈ। ਉਹਨਾਂ ਨੇ ਕਿਹਾ ਕਿ ਜਿਹੜਾ ਕਿਸਾਨ ਹੈ ਇਹਨੂੰ ਅੰਨਦਾਤਾ ਕਿਉਂ ਕਹਿੰਦੇ ਹੋ, ਕਿਹੜਾ ਅੰਨਦਾਤਾ? ਅੰਨਦਾਤਾ ਤਾਂ ਭਗਵਾਨ ਹੈ, ਤੇ ਇਹ ਤਾਂ ਅੰਨ ਵੇਚਦਾ ਹੈ, ਵਪਾਰੀ ਇਹ ਤਾਂ, ਔਰ ਇਹਨੂੰ ਅੰਨਦਾਤਾ ਕਹਿਣਾ ਇਹ ਸਮਝ ਲਓ ਕਿ ਭਗਵਾਨ ਦੀ ਹੇਠੀ ਹੈ। ਇਸ ਕਿਸਮ ਦੀਆਂ ਗੱਲਾਂ ਜਦੋਂ ਕੀਤੀਆਂ ਤਾਂ ਉਸ ਦਾ ਬੜਾ ਪ੍ਰੋਟੈਸਟ ਲੋਕਾਂ ਦੇ ਵਿੱਚ ਹੋਇਆ। ਕੁਛ ਤਾਂ ਸਿਆਸੀ ਲੋਕਾਂ ਨੇ ਜਿਹਨਾਂ ਦਾ ਜ਼ਿਕਰ ਨਹੀਂ ਮੈਂ ਕਰਨਾ ਚਾਹਾਂਗਾ ਕਿਉਂਕਿ ਪੋਲੀਟੀਸ਼ੀਅਨ ਤਾਂ ਹਮੇਸ਼ਾ ਇੱਕ ਦੂਸਰੇ ਨਿੰਦਿਆ ਪਾਠ ਦੇ ਵਿੱਚ ਇਸ ਵੇਲੇ ਰੁੱਝੇ ਹੋਏ ਨੇ, ਪਰ ਅਕੈਡਮਿਕ ਸਰਕਲ ਦੇ ਵਿੱਚੋਂ ਵੀ ਬੜੇ ਸਿਆਣੇ ਬੰਦਿਆਂ ਨੇ ਇਸ ਗੱਲ ਦਾ ਵਿਰੋਧ ਕੀਤਾ ਹੈ। ਸਾਬਕਾ ਮੈਂਬਰ ਪਾਰਲੀਮੈਂਟ ਨੇ ਸਰ ਭੁਪਿੰਦਰ ਸਿੰਘ ਮਾਨ, ਜਿਹੜੇ ਭਾਰਤੀ ਕਿਸਾਨ ਯੂਨੀਅਨ ਦੇ ਫਾਊਂਡਰ ਪ੍ਰੈਜ਼ੀਡੈਂਟ ਨੇ, ਉਹਨਾਂ ਨੇ ਵੀ ਵਿਰੋਧ ਕੀਤਾ ਤੇ ਆਖਿਆ ਕਿ ਇਸ ਕਿਸਮ ਦੀਆਂ ਬਚਗਾਨੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਅੰਨਦਾਤਾ ਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਅੰਨ ਕਿਉਂ ਵੇਚਦਾ ਹੈ, ਉਪਜ ਉਹਦੀ ਜਿਹੜੀ ਹੈਗੀ ਹੈ, ਪੈਦਾਵਾਰ ਜਿਹੜੀ ਹੈਗੀ ਹੈ ਮਨੁੱਖਤਾ ਵਾਸਤੇ ਹੈ, ਔਰ ਮਨੁੱਖਤਾ ਨੂੰ ਜਦੋਂ ਪੈਦਾ ਕਰਕੇ ਦਿੰਦਾ ਹੈ ਤਾਂ ਉਹਨੂੰ ਅੰਨਦਾਤਾ ਜੇ ਪੂਰੀ ਦੁਨੀਆ 'ਚ ਕਿਹਾ ਜਾਂਦਾ ਤੇ ਤੁਸੀਂ ਉਹਨੂੰ ਕਿਉਂ ਇੱਕ ਵਪਾਰੀ ਦੇ ਰੂਪ 'ਚ ਵੇਖ ਕੇ ਤੇ ਸਾਰੀ ਗੱਲ ਨੂੰ ਉਹਨੂੰ ਛੁਟਿਆ ਰਹੇ ਹੋ? ਇਹ ਹੇਠੀ ਹੈ ਉਸ ਕਿਸਾਨ ਦੀ ਜਿਹੜਾ ਕੱਲਾ ਕੱਲਾ ਦਾਣਾ ਬੀਜਦਾ, 6 ਮਹੀਨੇ ਉਡੀਕਦਾ ਤੇ ਫਿਰ ਮਨੁੱਖਤਾ ਵਾਸਤੇ ਉਹ ਅਨਾਜ ਪੈਦਾ ਕਰਦਾ। ਔਰ ਡਾਕਟਰ ਕਿਰਪਾਲ ਸਿੰਘ ਔਲਖ ਨੇ, ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਆਪਣੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਔਰ ਗੁਰੂ ਨਾਨਕ ਯੂਨੀਵਰਸਿਟੀ ਸਾਬਕਾ ਵਾਈਸ ਚਾਂਸਲਰ ਡਾਕਟਰ ਐਸ ਪੀ ਸਿੰਘ ਹੋਰਾਂ ਨੇ ਵੀ ਇਸ ਗੱਲ ਨੂੰ ਬੜਾ ਚੰਗਾ ਨਹੀਂ ਮੰਨਿਆ, ਸਗੋਂ ਰਾਦਰ ਬੁਰਾ ਮੰਨਿਆ ਕਿ ਇੱਕ ਪੜ੍ਹੇ ਲਿਖੇ ਨੌਜਵਾਨ ਆਗੂ ਜਿਹੜੇ ਨੇ ਭਾਰਤੀ ਜਨਤਾ ਪਾਰਟੀ ਦੇ, ਉਹਨੂੰ ਇਹੋ ਜਿਹੀ ਗੈਰ ਜ਼ਿੰਮੇਵਾਰ ਗੱਲ ਨਹੀਂ ਸੀ ਕਰਨੀ ਚਾਹੀਦੀ।
ਔਰ ਇਸੇ ਤਰ੍ਹਾਂ ਦਾ ਹੀ ਇੱਕ ਸਟੇਟਮੈਂਟ ਅੱਜ ਹਰਜੀਤ ਸਿੰਘ ਗਰੇਵਾਲ ਹੋਰਾਂ ਦਿੱਤਾ, ਜਿਹੜੇ ਨੈਸ਼ਨਲ ਐਗਜ਼ੈਕਟਿਵ ਦੇ ਵੀ ਸ਼ਾਇਦ ਮੈਂਬਰ ਨੇ ਔਰ ਪੰਜਾਬ ਦੀ ਬੀਜੇਪੀ ਦੇ ਵੀ ਬੜੇ ਵੱਡੇ ਆਗੂ ਨੇ ਔਰ ਕਿਸੇ ਸੂਬੇ ਦੇ ਸ਼ਾਇਦ ਪ੍ਰਭਾਰੀ ਵੀ ਨੇ ਉਹ। ਉਹਨਾਂ ਨੇ ਆਖਿਆ ਕਿ ਕਾਨੂੰਨ ਤਾਂ ਵਾਪਸ ਨਹੀਂ ਹੋਣੇ, ਜਿੰਨੀਆਂ ਸੋਧਾਂ ਇਹਨਾਂ ਨੇ ਕਹੀਆਂ ਸੀ ਉਹ ਕਰ ਦਿੱਤੀਆਂ, ਤੇ ਹੁਣ ਤਾਂ ਜਿੱਦ ਆੜੀ ਹੈ ਇਹੜੀ ਛੱਡਣੀ ਚਾਹੀਦੀ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਵੀ ਜਦੋਂ ਤੁਸੀਂ ਪੈਂਦੀ ਇਹ ਗੱਲ ਕਹਿੰਦੇ ਹੋ ਕਿ ਕਾਨੂੰਨ ਰੱਦ ਨਹੀਂ ਹੋਣੇ, ਤਾਂ ਜਿਹੜੇ ਲੋਕ ਉੱਥੇ ਲੱਖਾਂ ਦੀ ਗਿਣਤੀ 'ਚ ਸਰਹੱਦਾਂ ਤੇ ਬੈਠੇ ਨੇ, 5 ਥਾਵਾਂ ਤੇ ਗਾਜ਼ੀਪੁਰ ਬੈਠੇ ਨੇ, ਇੱਧਰ ਟਿਕਰੀ ਬੈਠੇ ਨੇ, ਇੱਧਰ ਰੁੱਲੇ ਬੰਨੇ ਤੁਹਾਡਾ ਸਿੰਘੂ ਬਾਰਡਰ ਤੇ ਬੈਠੇ ਨੇ ਜਾਂ ਹੋਰ ਚਿੱਲੇ ਬਾਰਡਰ ਤੇ ਬੈਠੇ ਨੇ, ਉਹਨਾਂ ਲੋਕਾਂ ਦਾ ਤੁਸੀਂ ਮਜ਼ਾਕ ਉਡਾਉਂਦੇ ਹੋ ਇਹ ਗੱਲ ਕਹਿ ਕੇ ਕਿ ਇਹ ਕੰਮ ਤਾਂ ਹੋਣਾ ਨਹੀਂ, ਤੇ ਫਿਰ ਡਾਇਲਾਗ ਕਿਹੜੀ ਗੱਲ ਦਾ? ਉਹ ਕਹਿੰਦੇ ਹਾਂ ਜਾਂ ਨਾ ਕਰੋ ਕਿ ਕੈਂਸਲ ਕਰਨੇ ਕਿ ਨਹੀਂ ਕਰਨੇ, ਤੁਸੀਂ ਕਹਿੰਦੇ ਹੋ ਕਿ ਇਹ ਤਾਂ ਹੋਣੇ ਨਹੀਂ, ਇਹ ਹੋਣੇ ਨਹੀਂ ਤੇ ਫਿਰ ਵਿਚੋਲਗਿਰੀ ਕਿਹੜੀ ਗੱਲ ਦੀ? ਫਿਰ ਕਿਹੜੀ ਗੱਲ ਪਿੱਛੇ ਤੁਸੀਂ ਖੱਜਲ ਆਪ ਹੀ ਹੁੰਦੇ ਹੋ ਤੇ ਇਹਨਾਂ ਨੂੰ ਵੀ ਕਰਦੇ ਹੋ? ਸੋ ਇਸ ਕਰਕੇ ਜਿਹੜੀ ਇਸ ਕਿਸਮ ਦੀ ਜਿਹੜੀ ਇੱਕ ਵਿੱਚ ਵਿਚਾਲੇ ਦੀਆਂ ਜਿਹੜੀਆਂ ਇਸ ਕਿਸਮ ਦੀਆਂ ਜਿਹੜੀਆਂ ਸਟੇਟਮੈਂਟਸ ਨੇ, ਜਿਹੜੀਆਂ ਮੈਨੂੰ ਲੱਗਦਾ ਕਿ ਇਹ ਚੁੱਪ ਨਾਲ ਵੀ ਸਰ ਸਕਦਾ, ਇਹਨਾਂ ਦਾ ਨੈਸ਼ਨਲ ਲੀਡਰਸ਼ਿਪ ਡੀਲ ਕਰ ਰਹੀ, ਉਹਨਾਂ ਨੂੰ ਕਰਨ ਦੇਣਾ ਚਾਹੀਦਾ। ਮੁੱਖ ਮੰਤਰੀ, ਪ੍ਰਧਾਨ ਮੰਤਰੀ, ਤੁਹਾਡਾ ਖੇਤੀਬਾੜੀ ਮੰਤਰੀ ਕੌਮੀ ਪੱਧਰ ਤੇ, ਇਹ ਸਾਰੇ ਲੋਕ ਟਵੀਟ ਕਰ ਰਹੇ ਨੇ ਉਸ ਗੱਲ ਸਾਰੀ ਨੂੰ ਨਜਿੱਠ ਰਹੇ ਨੇ, ਕਾਰਸਪੋਂਡੈਂਸ ਹੋ ਰਹੀ ਹੈ, ਉਹਦੇ ਵਿੱਚ ਛੋਟੇ ਲੀਡਰਾਂ ਦਾ ਇਸ ਤਰ੍ਹਾਂ ਦੀਆਂ ਗੈਰ ਜ਼ਿੰਮੇਵਾਰ ਗੱਲਾਂ ਕਰਕੇ ਇਹਨਾਂ ਬਲਦੀ ਤੇਲ ਪਾਉਣ ਵਾਲਾ ਕੰਮ ਨਹੀਂ ਕਰਨਾ ਚਾਹੀਦਾ। ਔਰ ਜਿਹੜੀ ਗੱਲ ਅੱਜ ਆਖੀ ਉਹਨੇ ਰਾਕੇਸ਼ ਟਿਕੈਤ ਹੋਰਾਂ ਨੇ, ਜਿਹੜੇ ਯੂਪੀ ਦੇ ਬਹੁਤ ਵੱਡੇ ਕਿਸਾਨ ਆਗੂ ਨੇ, ਉਹਨਾਂ ਕਿਹਾ ਕਿ ਕੇਂਦਰੀ ਬਾੜੀ ਖੇਤੀ ਖੇਤੀ ਕੇਂਦਰੀ ਖੇਤੀ ਮੰਤਰੀ ਜਿਹੜੇ ਨੇ, ਉਹਨਾਂ ਵੱਲੋਂ ਗੱਲਬਾਤ ਦਾ ਸਾਨੂੰ ਕੋਈ ਸੱਦਾ ਪੱਤਰ ਨਹੀਂ, ਸਿਵਾਏ ਉਹ ਇੱਕ ਚਿੱਠੀ ਹੈ ਜਿਹਦੇ 'ਚ ਉਹਨਾਂ ਨੇ ਪ੍ਰੋਸੀਡਿੰਗ ਜਿਹੜੀਆਂ ਭੇਜੀਆਂ ਨੇ ਸਾਨੂੰ। ਕੱਲ੍ਹ ਵੀ ਇਹੀ ਗੱਲ ਕੀਤੀ ਸੀ ਆਪਾਂ ਕਿ ਉਹ ਤਾਂ ਉਹ ਗੱਲਾਂ ਨੇ ਵੀ ਤੁਸੀਂ ਆਹ ਕਿਹਾ, ਅਸੀਂ ਆਹ ਕਿਹਾ, ਤੁਸੀਂ ਆਹ ਕਿਹਾ, ਅਸੀਂ ਆਹ ਕਿਹਾ, ਉਹ ਤਾਂ ਸਾਰਾ ਸਵਾਲ ਜਵਾਬ ਨੇ। ਉਹਦੇ ਵਿੱਚ ਕਿਸਾਨਾਂ ਨੂੰ ਪੁੱਛਦੇ ਤੁਸੀਂ ਕਦੋਂ ਆਓਗੇ, ਤੇ ਇਹ ਕਹਿੰਦੇ ਤੁਸੀਂ ਕਦੋਂ ਬੁਲਾਓਗੇ, ਪਰ ਜਾਣਾ ਸੀ ਉਦੋਂ ਜਦੋਂ ਹਾਂ ਜਾਂ ਨਾ 'ਚ ਜਵਾਬ ਦਿਓਗੇ। ਹਾਂ ਜਾਂ ਨਾ ਦੇ ਵਿੱਚ ਜਵਾਬ ਦੇਣ ਵਾਸਤੇ ਨਾ ਤਾਂ ਕੇਂਦਰੀ ਖੇਤੀਬਾੜੀ ਮੰਤਰੀ ਕੋਈ ਗੱਲ ਕਰਦੇ ਨੇ, ਨਾ ਗ੍ਰਹਿ ਮੰਤਰੀ ਕਰਦੇ ਨੇ ਤੇ ਨਾ ਪ੍ਰਧਾਨ ਮੰਤਰੀ ਕਰਦੇ ਨੇ। ਸੋ ਇੱਕ ਖਾਸ ਕਿਸਮ ਦੀ ਇੱਕ ਰੱਸਾਕਸ਼ੀ ਚੱਲ ਰਹੀ ਹੈ, ਔਰ ਉਹਦੇ ਵਿੱਚ ਜਿਹੜਾ ਨਾਲ ਸ਼ੁਰੂ ਕਰ ਦਿੱਤਾ ਇਹਨਾਂ ਨੇ ਆੜਤੀਆਂ ਤੇ ਇਨਕਮ ਟੈਕਸ ਦੇ ਛਾਪਿਆਂ ਦੀ ਇੱਕ ਖੇਡ ਵਰਤਾ ਦਿੱਤੀ, ਫਿਰ ਕੁਝ ਥਾਵਾਂ ਦੇ ਉੱਤੇ ਟਰਾਲੀ ਰੋਕ ਲਈਆਂ, ਜਿਵੇਂ ਪੀਲੀ ਪੀ ਦਾ ਜ਼ਿਕਰ ਕੱਲ੍ਹ ਕੀਤਾ ਸੀ, ਅਜੇ ਵੀ ਨਹੀਂ ਛੱਡੀਆਂ। ਸੋ ਪ੍ਰੋਟੈਸਟ ਦਾ ਜਿਹੜਾ ਬਦਲ ਰਿਹਾ ਨਿਜ਼ਾਮ ਆ ਉਹਦੇ ਵਿੱਚ ਹੁਣ ਤਾਂ ਅਕੈਡਮਿਕਸ ਦੇ ਵੀ ਲੋਕ ਜਿਹੜੇ ਨੇ, ਖਾਸ ਕਰਕੇ ਯੂਨੀਵਰਸਿਟੀਆਂ ਦੇ ਕਾਲਜਾਂ ਦੇ ਪ੍ਰੋਫੈਸਰਸ ਵੀ, ਉਹ ਵੀ ਵੱਡੀ ਗਿਣਤੀ ਸ਼ਾਮਲ ਹੋ ਗਏ ਨੇ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ, ਜਿਹੜੀ ਪੰਜਾਬ ਯੂਨੀਵਰਸਿਟੀ ਐਂਡ ਕਾਲਜ ਟੀਚਰ ਯੂਨੀਅਨ ਦੀ ਪੀ ਫੈਕਟੋ ਬਾਡੀ ਹੈ, ਉਹਦੇ ਵੱਲੋਂ ਬਹੁਤ ਵੱਡਾ ਇੱਕ ਪ੍ਰੋਟੈਸਟ ਕੀਤਾ ਗਿਆ, ਜਿਹਦੀ ਅਗਵਾਈ ਸਾਰੀਆਂ ਯੂਨੀਵਰਸਿਟੀਆਂ ਦੇ ਜਿਹੜੇ ਵਾਈਸ ਚਾਂਸਲਰ ਦੇ ਆਪਣੇ ਸਾਰੀ ਜਿਹੜੇ ਉਹਨਾਂ ਦੇ ਆਗੂ ਨੇ, ਉਹਨਾਂ ਦੀਆਂ ਜਥੇਬੰਦੀਆਂ ਦੇ ਅਧਿਆਪਕ ਆਗੂ ਨੇ ਔਰ ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਦੇ ਆਗੂ ਨੇ, ਉਹਨਾਂ ਨੇ ਵੱਖ ਵੱਖ ਜ਼ਿਲ੍ਹਿਆਂ ਤੋਂ ਆ ਕੇ ਤੇ ਇੱਥੇ ਪ੍ਰੋਟੈਸਟ ਕੀਤਾ ਔਰ ਉਹਨਾਂ ਨੇ ਕਿਸਾਨ ਭਰਾਵਾਂ ਦੇ ਨਾਲ ਸੋਲੀਡੈਰਿਟੀ, ਆਪਣੀ ਜਿਹੜੀ ਏਕਤਾ, ਇਕਮੁੱਠਤਾ ਜ਼ਾਹਰ ਕੀਤੀ, ਕਿਉਂਕਿ ਜੇਕਰ ਕਿਸਾਨ ਦੀ ਆਰਥਿਕਤਾ ਥੱਲੇ ਜਾਂਦੀ ਹੈ ਤਾਂ ਸਾਡੇ ਅਕੈਡਮਿਕ ਇੰਸਟੀਟਿਊਸ਼ਨ ਦੇ ਵਿੱਚ ਵੀ ਜਿਹੜੇ ਪੜ੍ਹਨ ਵਾਲੇ ਬੱਚੇ ਨੇ ਉਹਨਾਂ ਦੀ ਗਿਣਤੀ ਵੀ ਘਟਣੀ ਹੈ, ਜਿਹਦਾ ਅਸਰ ਹੌਲੀ ਹੌਲੀ ਸਾਰੇ ਪੋਲੀਟੀਕਲ ਸਿਸਟਮ ਤੇ ਵੀ ਪੈਣਾ ਔਰ ਅਕੈਡਮਿਕ ਸਿਸਟਮ ਤੇ ਵੀ ਪੈਣਾ। ਉਹ ਸਾਡੇ ਯੂਨੀਵਰਸਿਟੀ ਕਾਲਜ ਵੀ ਜਿਹੜੇ ਨੇ ਉਹ ਵੀ ਖਤਰੇ ਦੀ ਘੰਟੀ ਵਜਾ ਰਹੇ ਨੇ, ਕਿਉਂਕਿ ਉਹਨਾਂ ਕੋਲ ਪਹਿਲਾਂ ਹੀ ਜਿਹੜੀ ਗਿਣਤੀ ਹੈ ਉਹ ਘਟ ਰਹੀ ਬੱਚਿਆਂ ਦੀ। ਕੁਛ ਤਾਂ ਕਰੋਨਾ ਕਰਕੇ ਐਤਕੀ ਹੋ ਗਿਆ, ਕੁਛ ਪ੍ਰਦੇਸ਼ਾਂ ਦੀ ਹੋੜ ਕਰਕੇ ਹੋ ਗਿਆ ਔਰ ਕੁਛ ਲੋਕਾਂ ਦੀ ਕਮਜ਼ੋਰ ਆਰਥਿਕਤਾ ਕਰਕੇ ਵੀ ਹੋ ਰਿਹਾ ਹੈ। ਔਰ ਜਿਹੜੇ ਵਜ਼ੀਫੇ ਨੇ, ਖਾਸ ਕਰਕੇ ਸ਼ਡਿਊਲ ਕਾਸਟ ਸ਼ਿਊ ਟ੍ਰਾਈਬਸ ਦੇ, ਉਹ ਜਿਹੜੇ ਰਿਲੀਜ਼ ਨਹੀਂ ਹੋ ਰਹੇ, ਸਟੇਟ ਗਵਰਨਮੈਂਟ ਆਪਣਾ ਹਿੱਸਾ ਵੀ ਨਹੀਂ ਉਸ ਤੋਂ ਪੂਰਾ ਪੈ ਰਿਹਾ, ਇਸ ਕਰਕੇ ਉਸ ਕਿਸਮ ਦਾ ਜਿਹੜਾ ਇੱਕ ਖਾਸ ਕਿਸਮ ਦਾ ਖਿੱਚੋ ਤਾਣ ਦਾ ਅੰਦਾਜ਼ ਹੈ, ਉਹਦੇ ਵਿੱਚ ਨੁਕਸਾਨ ਇਹ ਹੋ ਰਿਹਾ ਕਿ ਇਨਟੇਕ ਘਟ ਰਿਹਾ ਬੱਚਿਆਂ ਦਾ ਕਾਲਜਾਂ ਦੇ ਵਿੱਚ, ਯੂਨੀਵਰਸਿਟੀਆਂ ਦੇ ਵਿੱਚ, ਜਿਹਦੇ ਕਰਕੇ ਉਹਨਾਂ ਦੀ ਆਰਥਿਕਤਾ ਵੀ ਡਾਵਾਡੋਲ ਹੋਈ ਫਿਰਦੀ ਹੈ। ਸੋ ਉਹਨਾਂ ਨੇ ਵੀ ਅੱਜ ਪ੍ਰੋਟੈਸਟ ਕੀਤਾ। ਬਾਕੀ ਇਹ ਗੱਲ ਕਿਸੇ ਤੋਂ ਲੁਕੀ ਛੁਪੀ ਨਹੀਂ ਕਿ ਕਿਸਾਨ ਦੀ ਆਰਥਿਕਤਾ ਖੇਤੀ ਆਧਾਰਿਤ ਹੋਣ ਕਰਕੇ ਪਿੰਡ ਜਿਹੜਾ ਖਾਸ ਕਰਕੇ ਹੈਗਾ ਦੇਸ਼ ਦਾ, ਪਿੰਡ 80% ਲੋਕ ਜਿਸ ਵਸਦੇ ਕਿਹਾ ਜਾਂਦਾ ਤੇ ਇੰਨੇ % ਲੋਕ ਹੀ ਉਸ ਤੇ ਡਿਪੈਂਡੈਂਟ ਨੇ ਖੇਤੀਬਾੜੀ ਤੇ, ਉਹਨਾਂ ਨੂੰ ਇਸ ਤਰ੍ਹਾਂ ਦਰੜ ਕੇ ਉਹਨਾਂ ਨੂੰ ਇੱਕ ਖਾਸ ਕਿਸਮ ਦੇ ਤੰਤਰ ਦੇ ਅਧੀਨ ਕਰਨ ਦੀ ਕੋਸ਼ਿਸ਼ ਕਰਨਾ ਜਿਸ ਵਿੱਚ ਉਹਨਾਂ ਦੀ ਅਜਾਰੇਦਾਰਾਂ ਦੇ ਹੱਥੋਂ ਲੁੱਟ ਯਕੀਨੀ ਬਣਦੀ ਹੋਵੇ, ਉਹਦੇ ਖਿਲਾਫ ਅੱਜ ਆਪਣੀ ਹਸਤੀ ਦੀ ਲੜਾਈ ਲੜ ਰਹੇ ਜਿਹੜੇ ਲੋਕ ਨੇ ਉਹਨਾਂ ਨੂੰ ਧਿਆਨ ਨਾਲ ਸੁਣਿਆ ਜਾਣਾ ਚਾਹੀਦਾ। ਜੇ ਅੱਜ ਨਹੀਂ ਸੁਣਾਂਗੇ ਤਾਂ ਸਮਝ ਲਓ ਕਿ ਕਿਸੇ ਦਿਨ ਜਿਹੜਾ ਲੇਟ ਹੋ ਰਿਹਾ ਉਹ ਉਹਨਾਂ ਉਹਨਾਂ ਸਾਰੇ ਕੇਸ 'ਚ ਵਿਗਾੜ ਪੈ ਰਿਹਾ। ਜੀ ਗਿੱਲ ਸਾਹਿਬ, ਜਿੱਥੇ ਕਿ ਜਿਵੇਂ ਤੁਸੀਂ ਦੱਸਿਆ ਕਿ ਵੱਡੇ ਪੱਧਰ ਦੇ ਉੱਤੇ ਜਿਹੜੇ ਹਰਿਆਣਾ ਦੇ ਮੁੱਖ ਮੰਤਰੀ ਨੇ, ਇੱਕ ਉਹਨਾਂ ਦਾ ਵਿਰੋਧ ਹੋ ਰਿਹਾ ਹੈ, ਜਿਹੜੇ ਵੀ ਭਾਜਪਾ ਦੇ ਆਗੂ ਨੇ ਜੋ ਵੀ ਬਿਆਨਬਾਜ਼ੀ ਕਰ ਰਹੇ ਨੇ ਲੋਕ ਜਾਂ ਕਿਸਾਨ ਕਹਿ ਲਓ ਜੀ, ਕਿ ਬੜੀ ਸਖਤੀ ਨਾਲ ਉਸਦਾ ਵਿਰੋਧ ਕਰ ਰਹੇ ਨੇ ਜੀ। ਵੱਖ ਵੱਖ ਰੈਲੀਆਂ ਵੱਖ ਵੱਖ ਥਾਵਾਂ ਤੇ ਹੋ ਰਹੀਆਂ ਨੇ। ਹੁਣ ਕਿਸਾਨ ਜਥੇਬੰਦੀਆਂ ਦੀ ਅਗਲੀ ਯੋਜਨਾ ਕੀ ਹੈ, ਕੀ ਹੋ ਰਿਹਾ ਹੈ ਜੀ ਹੁਣ ਦਿੱਲੀ ਦੇ ਵਿੱਚ? ਅੱਜ 7
ਘੰਟੇ ਦੀ ਲੰਮੀ ਮੀਟਿੰਗ ਚੱਲੀ ਹੈ 32 ਕਿਸਾਨ ਜਥੇਬੰਦੀਆਂ ਦੀ ਸਿੰਘੂ ਬਾਰਡਰ ਤੇ, ਅੱਛਾ ਜੀ ਔਰ 7 ਘੰਟੇ ਦੀ ਮੀਟਿੰਗ ਤੋਂ ਬਾਅਦ ਉਹਨਾਂ ਨੇ ਨਤੀਜਾ ਇਹ ਕੱਢਿਆ ਕਿ ਇੱਕ ਤਾਂ ਜਿਹੜਾ ਇੰਗਲੈਂਡ ਦੇ ਪ੍ਰਧਾਨ ਮੰਤਰੀ ਨੂੰ ਸੱਦਾ ਪੱਤਰ ਦੇ ਰਿਹਾ ਆਪਣਾ ਪ੍ਰਧਾਨ ਮੰਤਰੀ ਪੰਜਾਬ ਭਾਰਤ ਦਾ ਨਰਿੰਦਰ ਮੋਦੀ, ਜੀ ਉਹ ਪ੍ਰਾਈਮ ਮਿਨਿਸਟਰ ਆਫ ਯੂਕੇ ਨੂੰ ਕਿਹਾ ਜਾਵੇ ਕਿ ਤੁਸੀਂ ਇੱਥੇ ਨਾ ਆਓ, ਇੱਥੋਂ ਦੇ ਜਿਹੜੇ ਇਸ਼ੂਜ਼ ਨੇ ਕਿਸਾਨੀ ਨਾਲ ਸੰਬੰਧਿਤ ਉਹ ਲਮਕ ਰਹੇ ਨੇ, ਖਰਾਬ ਹੋ ਰਹੇ ਨੇ, ਜਿਹਦੇ ਨਾਲ ਮੁਲਕ ਦੀ ਪੂਰੀ ਆਰਥਿਕਤਾ ਕਮਜ਼ੋਰ ਪੈ ਰਹੀ ਹੈ, ਔਰ 26 ਜਨਵਰੀ ਦੀ ਪਰੇਡ ਤੇ ਤੁਸੀਂ ਆ ਕੇ ਸਮਝੋ ਕਿ ਸਾਡੇ ਜ਼ਖਮਾਂ ਤੇ ਲੂਣ ਛਿੜਕੋਗੇ। ਜਿਹੜਾ ਇਹ ਸਰਕਾਰ ਦਾ ਵਿਹਾਰ ਹੈ ਸਾਡੇ ਪ੍ਰਤੀ, ਅਸੀਂ ਨਹੀਂ ਚਾਹੁੰਦੇ ਕਿ ਸਾਡਾ ਕੋਈ ਮਹਿਮਾਨ ਇੱਥੇ ਆਵੇ ਤੇ ਅਸੀਂ ਉਸ ਨੂੰ ਸਵਾਗਤ ਠੀਕ ਤਰ੍ਹਾਂ ਨਾ ਕਰ ਸਕੀਏ, ਸੋ ਤੁਸੀਂ ਨਾ ਆਓ। ਇਹ ਕਹਿੰਦੇ ਇਸ ਕੰਮ ਵਾਸਤੇ ਅਸੀਂ ਜਿੰਨੇ ਵੀ ਉੱਥੇ ਲੌਬੀ ਕਰ ਰਹੇ ਨੇ ਸਾਡੇ ਮੈਂਬਰ ਪਾਰਲੀਮੈਂਟ ਸਾਡੇ ਵਾਸਤੇ, ਉਹਨਾਂ ਨੂੰ ਵੀ ਚਿੱਠੀਆਂ ਲਿਖ ਰਹੇ, ਈਮੇਲ ਐਡਰੈਸ ਸਾਰੇ ਅਸੀਂ ਲੈ ਲਏ ਨੇ, ਔਰ ਦੁਆਬੇ ਦੇ ਖਾਸ ਕਰਕੇ ਜੋ ਦੋ ਮੈਂਬਰ ਪਾਰਲੀਮੈਂਟ ਨੇ ਵਿਰਿੰਦਰ ਸ਼ਰਮਾ ਤੇ ਤਨਮਨਜੀਤ ਸਿੰਘ ਢੇਸੀ, ਉਹ ਜੀ ਆਲਰੇਡੀ ਆਪਣੀ ਸਟੇਟਮੈਂਟ ਜਾਰੀ ਕਰ ਚੁੱਕੇ ਨੇ, ਔਰ ਕੁਝ ਮੈਂਬਰ ਹੋਰ ਵੀ ਕਰ ਚੁੱਕੇ ਨੇ, ਉਹ ਵੀ ਪ੍ਰਧਾਨ ਮੰਤਰੀ ਨੂੰ ਅਪੀਲ ਕਰਨਗੇ ਕਿ ਤੁਸੀਂ ਭਾਰਤ ਉਹਨਾਂ ਚਿਰ ਨਾ ਜਾਓ ਜਿੰਨਾ ਚਿਰ ਉੱਥੇ ਇਸ ਕਿਸਮ ਦੀ ਅਪਹਿਲ ਹੈ, ਜਿੰਨਾ ਚਿਰ ਉਹਨਾਂ ਦੇ ਮਨ ਦੇ ਵਿੱਚ ਬੇਚੈਨੀ ਹੈ ਉੱਥੋਂ ਦੇ ਵਾਸਤੇ ਲੋਕਾਂ ਦੇ ਮਨਾਂ ਅੰਦਰ, ਖਾਸ ਕਰਕੇ ਕਿਸਾਨੀ ਭਾਈਚਾਰੇ ਦੇ ਅੰਦਰ। ਸੋ ਵੇਖੋ ਕੀ ਬਣਦਾ। ਬਾਕੀ ਇਹ ਆ ਕਿ ਇਹ ਵੀ ਇਹਨਾਂ ਫੈਸਲਾ ਕੀਤਾ ਅੱਜ ਕਿ ਜਿਹੜੇ ਸ਼ਹੀਦੀ ਦਿਹਾੜੇ ਨੇ, ਖਾਸ ਕਰਕੇ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਕੱਲ੍ਹ ਨੂੰ ਮਨਾਉਣਗੇ, ਔਰ ਪਰਸੋਂ ਨੂੰ ਅਗਲੇ ਦਿਨ ਆਪਣੇ ਰੱਬ ਤੁਹਾਡਾ ਭਲਾ ਕਰੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਦਿਹਾੜਾ ਜਿਹੜਾ, ਚਮਕੌਰ ਸਾਹਿਬ ਦਾ ਦਿਹਾੜਾ ਤੇ ਨਾਲ ਦੀ ਨਾਲ ਸਰਹੰਦ ਦਾ ਦਿਹਾੜਾ ਜਿਹੜਾ, ਖਾਸ ਕਰਕੇ ਸਾਹਿਬਜ਼ਾਦਾ ਨੀਹਾਂ ਚੜ੍ਹਨ ਦਾ, ਉਸ ਦਿਨ ਉਹ ਕੋਈ ਪੋਲੀਟੀਕਲ ਕਿਸਮ ਦੀ ਜਿਹੜੀ ਗੱਲ ਹੁੰਦੀ ਹੈ ਜਾਂ ਆਪਣੇ ਕਿਸਾਨ ਹਿੱਤਾਂ ਦੀ ਗੱਲ ਹੁੰਦੀ ਹੈ ਉਹ ਨਹੀਂ ਕਰਨਗੇ ਸਟੇਜ ਤੋਂ, ਸਗੋਂ ਜਿਹੜਾ ਸਿੱਖ ਇਤਿਹਾਸ ਹੈ, ਸ਼ਹੀਦੀ ਦਿਹਾੜੇ ਨਾਲ ਸੰਬੰਧਿਤ ਢਾਡੀ, ਰਾਗੀ, ਕਵੀਸ਼ਰ ਤੇ ਬੁਲਾਰੇ ਜਿਹੜੇ ਨੇ, ਪ੍ਰਮੁੱਖ ਬੁਲਾਰੇ ਜਿਹੜੇ ਨੇ, ਕੌਮੀ ਵਿਚਾਰਵਾਨ ਜਿਹੜੇ ਨੇ, ਉਹ ਉੱਥੇ ਬੁਲਾ ਕੇ ਤੇ ਉਸ ਨੂੰ ਲਾਈਵ ਟੈਲੀਕਾਸਟ ਕੀਤਾ ਜਾਵੇਗਾ, ਤਾਂ ਕਿ ਇੱਕ ਸਹੀ ਟ੍ਰਿਬਿਊਟ ਅਸੀਂ ਦੇ ਸਕੀਏ ਆਪਣੇ ਉਹਨਾਂ ਸ਼ਹੀਦਾਂ ਨੂੰ ਜਿਨ੍ਹਾਂ ਦੇ ਸਦਕਾ ਸਾਨੂੰ ਅੱਜ ਆਜ਼ਾਦੀ ਦਾ ਇੱਕ ਨਿੱਘ ਅਸੀਂ ਮਾਣ ਰਹੇ ਹਾਂ। ਉਸ ਵਿੱਚ ਅੱਜ ਦਾ ਦਿਹਾੜਾ ਤੁਹਾਨੂੰ ਪਤਾ ਹੀ ਹੈ ਕਿ ਵੱਡੇ ਸਾਹਿਬਜ਼ਾਦਿਆਂ ਦਾ, ਅਜੀਤ ਤੇ ਜੁਝਾਰ ਸਿੰਘ ਹੋਰਾਂ ਦੀ ਸ਼ਹਾਦਤ ਦਾ ਦਿਹਾੜਾ ਵੀ ਹੈ, ਔਰ ਅੱਗੇ ਸਰਹੰਦ ਦੇ ਵਿੱਚ ਨੀਹਾਂ ਚਿਣੇ ਜਾਣ ਦਾ ਦਿਹਾੜਾ ਆ ਰਿਹਾ, ਜੀ ਮਾਤਾ ਗੁਜਰੀ ਜੀ ਦੇ ਸੁਰਗਵਾਸ ਹੋਣ ਦਾ ਦਿਹਾੜਾ ਆ ਰਿਹਾ, ਔਰ ਪਰਿਵਾਰ ਦਾ ਸਾਰੇ ਦਾ ਜਿਹੜਾ ਇਸ ਤਰ੍ਹਾਂ ਨਾਲ ਖਾਤਮਾ ਹੈ, ਉਸ ਨੂੰ ਦਸਮੇਸ਼ ਪਿਤਾ ਕਿਵੇਂ ਲੈਂਦੇ ਨੇ ਆਪਣੇ ਮਨ ਦੇ ਉੱਤੇ, ਨੂਰੇ ਮਾਹੀ ਦੇ ਰਾਹੀਂ ਸੁਨੇਹਾ ਜਦੋਂ ਪਹੁੰਚਦਾ ਉੱਥੇ ਰਾਏਕੋਟ ਦੇ ਕੋਲ ਲੰਮੇ ਜੱਟਪੁਰੇ ਬੈਠਿਆਂ ਨੂੰ, ਤਾਂ ਕਿਵੇਂ ਉਹ ਮੁਗਲਿਆ ਹਕੂਮਤ ਦੀ ਜੜ ਪੁੱਟਣ ਦਾ ਐਲਾਨ ਕਰਦੇ ਨੇ, ਜਦੋਂ ਇੱਕ ਕਾਹੀ ਦੇ ਬੂਝੇ ਨੂੰ ਤੀਰ ਦੀ ਨੋਕ ਨਾਲ ਪੁੱਟਦੇ ਨੇ, ਤੇ ਉਹਨਾਂ ਨੇ ਇਹ ਸ਼ਬਦ ਉਚਾਰਿਆ ਬਨੋ ਕਿ ਅੱਜ ਮੁਗਲਿਆ ਹਕੂਮਤ ਦੀ ਜੜ ਪੁੱਟੀ ਗਈ, ਔਰ ਉਹ ਜੜ ਜਿਹੜੀ ਹੈ ਵਾਕਈ ਪੁੱਟੀ ਗਈ ਸੀ, ਕੁਝ ਸਾਲਾਂ ਦੇ ਵਿੱਚ ਹੀ ਤਹਿ ਤੇਗ ਹੋਇਆ ਸਾਰਾ ਸਿਸਟਮ ਮੁਗਲਿਆ ਹਕੂਮਤ ਦਾ, ਔਰ ਇੱਥੇ ਉਹ ਹਲੀਮੀ ਰਾਜ ਹੋਇਆ ਜਿਸ ਸਦਕਾ ਅੱਜ ਕਿਸਾਨ ਜ਼ਮੀਨਾਂ ਦੇ ਮਾਲਕ ਨੇ, ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਇੱਕ ਪਲੇਟ ਖੜਕਾਈ, ਸਰਹੰਦ ਦੀ ਵੀ, ਸਡੌਰੇ ਦੀ ਵੀ, ਸਮਾਣੇ ਦੇ ਵੀ ਕਬਜ਼ਾ ਕੀਤਾ, ਔਰ ਮੁਗਲ ਜਿਹੜੇ ਅਹਿਲਕਾਰ ਸੀ ਉਹ ਅੱਗੇ ਅੱਗੇ ਸੀ, ਬਾਬਾ ਬੰਦਾ ਸਿੰਘ ਬਹਾਦਰ ਪਿੱਛੇ ਪਿੱਛੇ ਸੀ। ਗੱਲ ਵੱਖਰੀ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰਦਾਸ ਨੰਗਲ ਦੀ ਗੜੀ ਚੋਂ ਕੈਦ ਕਰਕੇ ਜਦੋਂ ਲਿਆਂਦਾ ਗਿਆ, ਦਿੱਲੀ ਦੇ ਵਿੱਚ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ, ਪਰ ਇਹਦੇ ਬਾਵਜੂਦ ਜਿਹੜੀਆਂ ਪੈੜਾਂ ਲੋਕਤੰਤਰ ਦੀਆਂ ਬਾਬਾ ਬੰਦਾ ਸਿੰਘ ਬਹਾਦਰ ਵਾਹ ਗਏ, ਉਸੇ 'ਚ ਬਾਅਦ ਵਿੱਚ ਸਾਡੇ ਸੂਰਮੇ ਦੇ ਰੰਗ ਭਰਿਆ, ਸਾਨੂੰ ਆਜ਼ਾਦੀ ਦਾ ਸੁਪਨਾ ਪਹਿਲੀ ਵਾਰ ਜੇ ਵਿਖਾਇਆ ਤਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਵਿਖਾਇਆ, ਔਰ 700 ਸਾਲ ਦੀ ਲਗਾਤਾਰ ਜਿਹੜੀ ਗੁਲਾਮੀ ਸੀ ਖਾਸ ਕਰਕੇ ਮੁਗਲਿਆ ਹਕੂਮਤ ਦੀ, ਉਸ ਦਾ ਇਹਨਾਂ 7 ਦਿਨਾਂ ਦੇ ਵਿੱਚ, 7 ਰਾਤਾਂ ਦੇ ਵਿੱਚ ਜਿਹੜਾ ਨਾਸ਼ ਕਰਨ ਦਾ ਪ੍ਰਬੰਧ ਬਣਿਆ, ਉਹ ਅਨੰਦਪੁਰ ਸਾਹਿਬ ਛੱਡਣ ਤੋਂ ਲੈ ਕੇ ਉਹ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੱਕ ਦਾ ਸਫ਼ਰ ਹੈ ਜਿਹੜਾ, ਉਹ ਸਮਝ ਲਓ ਕਿ ਮੁਗਲਿਆ ਹਕੂਮਤ ਦੀ ਜਿਹੜਾ ਤੇਲ ਦੇਣ ਦੇ ਲਈ ਜ਼ਿੰਮੇਵਾਰ ਬਣਿਆ। ਇਸ ਕਰਕੇ ਇਹ ਜਿਹੜੇ ਦਿਹਾੜੇ ਨੇ ਇਹ ਅਸੀਂ ਸਿੰਘੂ ਦੇ ਠੀਕਰੀ ਬਾਰਡਰ ਦੇ ਉੱਤੇ ਮਨਾਵਾਂਗੇ, ਔਰ ਨਾਲ ਦੀ ਨਾਲ ਉਹਨਾਂ ਨੇ ਵੀ ਫੈਸਲਾ ਕੀਤਾ ਕਿ ਸਾਡੇ ਵਿੱਚੋਂ 5 ਬੰਦੇ, 32 ਨੇ ਅਗੋ ਚੁਣ ਲਏ 5 ਬੰਦੇ, ਕਿ ਇਹ ਕੱਲ ਕੌਮੀ ਜਿਹੜੀ ਸਾਡੀ ਇੱਕ ਹੈਗੀ ਹੈ ਜਥੇਬੰਦੀ, ਜਿਹਦੇ ਵਿੱਚ 500 ਦੇ ਕਰੀਬ ਵੱਖ ਵੱਖ ਜਥੇਬੰਦੀਆਂ ਦੇ ਪ੍ਰਤੀਨਿਧ ਨੇ, ਕੋਆਰਡੀਨੇਸ਼ਨ ਕਮੇਟੀ ਹੈ ਨੈਸ਼ਨਲ ਲੈਵਲ ਦੀ, ਸੰਯੁਕਤ ਕਿਸਾਨ ਮੋਰਚਾ, ਉਹਦੇ ਨਾਲ ਮੁਲਾਕਾਤ ਕਰਕੇ ਦੱਸਾਂਗੇ ਕਿ ਭਾਰਤ ਸਰਕਾਰ ਨਾਲ ਅਗਲੀ ਗੱਲ ਤੋਰਨੀ ਐਵੇਂ ਨਹੀਂ ਤੋਰਨੀ, ਕਿਸ ਅੰਦਾਜ਼ 'ਚ ਤੋਰਨੀ ਹੈ, ਕੀ ਕਹਿਣਾ ਕੀ ਨਹੀਂ ਕਹਿਣਾ। ਇਹ 5 ਮੈਂਬਰ ਜਿਹੜੇ ਬਣਾਏ ਇਹਨਾਂ ਨੇ ਆਪਣੇ 'ਚੋਂ ਟਿੱਕੇ ਆ, ਉਹਨਾਂ 'ਚ ਜਗਜੀਤ ਸਿੰਘ ਡੱਲੇਵਾਲ, ਬਲਬੀਰ ਸਿੰਘ ਰਾਜੇਵਾਲ ਹੋਰੀ ਨੇ, ਸਦਾ ਪ੍ਰੇਮ ਸਿੰਘ ਭੰਗੂ ਨੇ ਤੇ ਕੁਲਵੰਤ ਸਿੰਘ ਸੰਧੂ ਨੇ,
ਇਸੇ ਨੇ ਡਾਕਟਰ ਦਰਸ਼ਨ ਪਾਲ ਨੇ, ਇਹ ਪੰਜ ਬੰਦੇ ਇਹਨਾਂ ਨੇ ਆਥੋਰਾਈਜ਼ ਕੀਤੇ ਨੇ ਜਿਹੜੇ ਜਾ ਕੇ ਨੈਸ਼ਨਲ ਲੀਡਰਸ਼ਿਪ ਨਾਲ ਗੱਲ ਕਰਨਗੇ। ਉਸ ਤੋਂ ਅਗਲਾ ਕੋਰਸ ਆਫ ਐਕਸ਼ਨ ਜਿਹੜਾ ਹੈਗਾ ਗਵਰਨਮੈਂਟ ਆਫ ਇੰਡੀਆ ਨਾਲ ਗੱਲਬਾਤ ਕਰਨ ਦਾ, ਜਿਹੜੀ ਚਿੱਠੀ ਉਹਨਾਂ ਦੀ ਆਈ ਉਹਦਾ ਜਵਾਬ ਕੀ ਦੇਣਾ, ਕੀ ਲਿਖ ਕੇ ਦੇਣਾ, ਇਹ ਫੈਸਲਾ ਇਹ ਪੰਜ ਮੈਂਬਰ ਜਿਹੜੇ ਨੇ ਜੋ ਸੁਜੈਸਟ ਕਰਨਗੇ, ਉਹਦੇ ਨਾਲ ਸੰਯੁਕਤ ਕਿਸਾਨ ਮੋਰਚਾ ਦੇ ਨਾਲ ਸਲਾਹ ਕਰਕੇ ਅਗਲਾ ਪੱਤਰ ਗਵਰਨਮੈਂਟ ਆਫ ਇੰਡੀਆ ਲਿਖਣਗੇ। ਅਗਲਾ ਕੋਰਸ ਆਫ ਐਕਸ਼ਨ ਇਹ ਕੱਲ ਡਿਸਾਈਡ ਹੋਏਗਾ। ਜੀ ਗਿੱਲ ਸਾਹਿਬ, ਇੱਕ ਬੜੀ ਅਲੱਗ ਤਰ੍ਹਾਂ ਦੀ ਸਥਿਤੀ ਜਿਹੜੀ ਹੈ ਖੜੀ ਹੋਈ ਹੈ ਕਿ ਸਰਕਾਰ ਵੱਲੋਂ ਜਾਂ ਬੀਜੇਪੀ ਵੱਲੋਂ ਬਹੁਤ ਵੱਡੇ ਵੱਡੇ ਜਿਹੜੇ ਨੇ ਜੀ ਪੋਸਟਰ ਰਿਲੀਜ਼ ਕੀਤੇ ਜਾ ਰਹੇ ਨੇ ਕਿ ਕੀ ਫਾਇਦੇ ਨੇ ਖੇਤੀ ਬਿੱਲਾਂ ਦੇ, ਤੇ ਇੱਕ ਇਸ ਤਰ੍ਹਾਂ ਕਹਿ ਲਓ ਕਿ ਮਾਡਲ ਦੀ ਜਾਂ ਕਿਸਾਨ ਦੀ ਫੋਟੋ ਜਿਹੜੀ ਇਸਤੇਮਾਲ ਕੀਤੀ ਜਾ ਰਹੀ ਹੈ ਉਹ ਹਰਪ੍ਰੀਤ ਸਿੰਘ ਦਾ ਨਾਂ ਦਾ ਨੌਜਵਾਨ ਜਿਹੜਾ ਖੁਦ ਜਾ ਕੇ ਦਿੱਲੀ ਮੋਰਚੇ ਦੇ ਵਿੱਚ ਬੈਠਾ ਹੋਇਆ ਹੈ, ਤਾਂ ਇਹ ਕੀ ਖਬਰ ਹੈ ਜੀ? ਖਬਰ ਕਾਹਦੀ ਯਾਰ, ਕਮਲ ਕੁੱਟ ਰਿਹਾ ਮੈਂ ਹਿਸਾਬ ਲਾਇਆ ਬਈ। ਤੁਸੀਂ ਆ ਤੁਹਾਨੂੰ ਪੰਜਾਬ ਦੇ ਵਿੱਚੋਂ, ਹਰਿਆਣੇ ਦੇ ਵਿੱਚੋਂ, ਯੂਪੀ ਦੇ ਵਿੱਚੋਂ, ਮੱਧ ਪ੍ਰਦੇਸ਼ ਚੋਂ, ਆਂਧਰਾ ਚੋਂ, ਤੇਲੰਗਾਨਾ ਚੋਂ, ਮਹਾਰਾਸ਼ਟਰਾ ਚੋਂ ਕਿਤੇ ਕੋਈ ਫਾਰਮਰ ਹੀ ਲੱਭਦਾ? ਮਤਲਬ ਤੁਸੀਂ ਇੱਕ ਉਸ ਕਿਸਾਨ ਦੀ ਫੋਟੋ ਲਾ ਰਹੇ ਹੋ ਜਿਹੜਾ ਮਤਲਬ 25 ਤਰੀਕ ਤੋਂ, 26 ਤਰੀਕ ਤੋਂ ਹੀ ਮੈਂ ਕਿਹਾ ਦਿੱਲੀ ਸਿੰਘੂ ਬਾਰਡਰ ਤੇ ਪਹਿਲਾਂ ਬੈਠਾ ਸੀ, ਅੱਜ ਟੀਕਰੀ ਬਾਰਡਰ ਤੇ ਸੀ। ਜੀ ਹੁਣ ਉਹ ਸਾਡਾ ਆਪਣਾ ਬੱਚਾ, ਬਹੁਤ ਸਾਡਾ ਵਿਸ਼ਵਾਸ ਪਾਤਰ ਨੌਜਵਾਨ ਔਰ ਬਹੁਤ ਟੈਲੈਂਟਡ ਬੱਚਾ ਹੈ, ਉਹ ਹਰ ਫਾਰਮਰ ਨਾਲ ਥੱਲੇ ਉਹ ਕੰਮ ਕਰਦਾ ਮੀਡੀਆ ਦੇ ਵਿੱਚ, ਔਰ ਬਹੁਤ ਅੱਛਾ ਮਾਡਲ ਹੈ, ਔਰ ਉਹਦੀ ਇੱਕ ਇਹਨਾਂ ਨੇ ਇੰਟਰਨੈਟ ਤੋਂ ਚੁੱਕ ਲਈ ਫੋਟੋ, ਉਹ ਫੋਟੋ ਚੁੱਕ ਕੇ ਤੇ ਇਹਨਾਂ ਨੇ ਛਾਪ ਦਿੱਤੀ ਵੀ ਵੇਖੋ ਪੰਜਾਬ ਦਾ ਖੁਸ਼ਹਾਲ ਕਿਸਾਨ ਕਿੰਨਾ ਖੁਸ਼ ਹੈ ਸਾਡੀਆਂ ਨੀਤੀਆਂ ਕਰਕੇ। ਉਹ ਤੇ ਤੁਹਾਡੀ ਜਾਨ ਨੂੰ ਰੋਣ ਲੱਗਿਆ ਉੱਥੇ ਟਿਕਰੀ ਬਾਰਡਰ ਤੇ ਅੱਜ। ਹੁਣ ਉਹਦੀ ਪੋਜੀਸ਼ਨ ਵਿਚਾਰੇ ਦੀ ਆਕਵਰਡ ਇਸ ਤਰ੍ਹਾਂ ਹੋ ਗਈ, ਉਹਦੀ ਮਤਲਬ ਉਹ ਜਦੋਂ ਫੋਟੋ ਰਿਲੀਜ਼ ਹੋਈ ਤੇ ਲੋਕੀ ਥੱਲੇ ਮਾਵਾਂ ਭੈਣਾਂ ਦੀਆਂ ਗਾਲਾਂ ਲਿਖਣ ਲੱਗ ਗਏ ਉਹਨੂੰ, ਵੀ ਇਹ ਸਾਨੂੰ ਟੱਕਰੇ ਸਹੀ ਹੈ ਤੇ ਡੱਕਰੇ ਕਰ ਦਿਆਂਗੇ, ਸਾਨੂੰ ਲੱਭੇ ਸਹੀ, ਅਸੀਂ ਇਹਨੂੰ ਜੇ ਤਾਂ ਇਹਨੂੰ ਪੁੱਛਾਂਗੇ ਵੀ ਤੈਨੂੰ ਖੁਸ਼ਹਾਲੀ ਕਿੱਥੋਂ ਲੱਗ ਗਈ, ਲੱਗ ਗਏ। ਉਹ ਹੁਣ ਗਰੀਬ ਆਦਮੀ ਵਿਚਾਰਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਆਪਣੇ ਨਡਾਲੋਂ ਦਾ, 2-2.5 ਕਿੱਲੇ ਜ਼ਮੀਨ ਹੈ ਸਾਰੀ ਉਹਦੇ ਟੱਬਰ ਕੋਲ, ਉਹ ਤਾਂ ਮਤਲਬ ਆਪਣਾ ਕਲਾਤਮਕ ਕੰਮਾਂ ਕਰ ਕਰਕੇ, ਫਿਲਮਿੰਗ ਕਰ ਕਰਕੇ, ਫਾਰਮਰ ਬਹੁਤ ਅੱਛਾ ਵੀਡੀਓਗ੍ਰਾਫਰ ਹੈ ਔਰ ਬੜਾ ਇੰਟਰਨੈਸ਼ਨਲ ਲੈਵਲ ਤੇ ਉਸ ਬੱਚੇ ਦਾ ਨਾਂ ਆਇਆ, ਬੜਾ ਬੀਬਾ ਜਿਹਾ ਮੁੰਡਾ, ਫੋਟੋ ਆਰਟਿਸਟ ਬਹੁਤ ਅੱਛਾ ਹੈ, ਔਰ ਇਹਨੇ ਮੋਰਚੇ ਦੀ ਸਾਰੀ ਫੋਟੋਗ੍ਰਾਫੀ ਇਸ ਵਕਤ ਕਰ ਕਰਕੇ ਤੇ ਬਹੁਤ ਇੰਟਰਨੈਸ਼ਨਲ ਜਰਨਲਿਸਟਾਂ ਦੇ ਹਾਣ ਦੀ ਗੱਲ ਕਰ ਰਿਹਾ ਮੁੰਡਾ। ਉਹ ਅੱਜ ਰੋਣ ਹੱਕਾ ਹੋਇਆ ਹੋਇਆ ਸੀ, ਉਹ ਕਹਿੰਦਾ ਮੈਨੂੰ ਤਾਂ ਅੱਜ ਸਫਾਈ ਦੇਣੀ ਪੈ ਰਹੀ ਹੈ, ਮੈਨੂੰ ਤਾਂ ਇਹਨਾਂ ਡਿਫੈਂਸਿਵ ਕਰ ਦਿੱਤਾ, ਪਰ ਹੁਣ ਕਹਿੰਦਾ ਮੈਂ ਇਹਨਾਂ ਦੇ ਕੇਸ ਕਰਾਂਗਾ ਕਿ ਤੁਸੀਂ ਮੈਨੂੰ ਬਿਨਾਂ ਪੁੱਛਿਆ, ਤੁਸੀਂ ਬਿਨਾਂ ਪ੍ਰਵਾਨਗੀ ਲਿਆ ਮੇਰੀ ਫੋਟੋ ਕਿਵੇਂ ਵਰਤੀ ਪਈ। ਜੀ ਇਹ ਤਾਂ ਇਸ ਤਰ੍ਹਾਂ ਨਾ ਵੀ ਮਤਲਬ ਤੁਸੀਂ ਆਪਣੇ ਹੱਕ 'ਚ ਭੁਗਤਾ ਲਿਆ ਇੱਕ ਬੰਦਾ, ਤੇ ਜਿਹੜਾ ਬੰਦਾ ਉਹ ਭੁਗਤਾਇਆ ਜਿਹੜਾ ਆਲਰੇਡੀ ਉੱਥੇ ਬੈਠਾ, ਇਹ ਤਾਂ ਲਗਭਗ ਉਹੋ ਜਿਹੀ ਗੱਲ ਹੋ ਗਈ ਜਿਵੇਂ ਇੱਕ ਵਾਰੀ ਤੁਹਾਨੂੰ ਯਾਦ ਹੋਣਾ ਪਿੱਛੇ ਜੇ ਕਹਿਤਾ ਉਹਨਾਂ ਬੀਬੀਆਂ ਨੂੰ, ਬਿਹਾਰ ਦੀਆਂ ਬੀਬੀਆਂ ਨੂੰ, ਵੀ ਇਹ ਜੀ ਮਨਰੇਗਾ ਸਕੀਮ ਦੇ ਵਿੱਚ ਬੜਾ ਫਾਇਦਾ ਹੋਇਆ ਜੀ, ਇਹਨਾਂ ਨੂੰ ਆਹ ਚੀਜ਼ਾਂ ਮਿਲ ਗਈਆਂ ਜੀ, ਆਹ ਚੀਜ਼ਾਂ ਮਿਲ ਗਈਆਂ, ਤੇ ਉਹ ਬੀਬੀਆਂ ਨੇ ਕਹਿਤਾ ਵੀ ਸਾਨੂੰ ਤਾਂ ਫਲਾਣੇ ਇਹ ਕਿਹਾ ਸੀ ਤਾਂ ਕਰਕੇ ਅਸੀਂ ਬੋਲੀਆਂ ਸੀ, ਤੇ ਉਹ ਜਰਨਲਿਸਟ ਨੂੰ ਵਿਚਾਰੇ ਨੂੰ ਬਾਅਦ 'ਚ ਬੜੀ ਸ਼ਰਮਸਾਰੀ ਉਠਾਉਣੀ ਪਈ, ਖਾਸ ਕਰਕੇ ਜਦੋਂ ਉਹਦੇ ਮਾਲਕਾਂ ਨੇ ਉਹਨੂੰ ਗ੍ਰਿਲ ਕੀਤਾ ਤੇ ਉਹ ਅਸਤੀਫਾ ਹੀ ਦੇ ਗਿਆ। ਚਲੋ ਖੈਰ ਇਹਦੀ ਚੰਗੀ ਗੱਲ ਇਹ ਹੈ ਕਿ ਉਹ ਹਰ ਫਾਰਮਰ ਜਿਹੜਾ ਨੌਜਵਾਨ ਹੈ ਹਰਪ੍ਰੀਤ ਸਿੰਘ ਜਿਹਦਾ ਅਸਲੀ ਨਾਂ ਹੈ, ਉਹ ਜਿਉਂਦਾ ਜਾਗਦਾ ਤੇ ਮੋਰਚੇ ਤੁਰਿਆ ਫਿਰਦਾ, ਸਿਰ ਤੇ ਪੱਗੜ ਬੰਨ ਕੇ ਵਿਚਾਰਾ, ਉਹ ਪੱਗੜ ਬੰਨ ਕੇ ਉਦੋਂ ਤੁਰਿਆ ਫਿਰਦਾ ਉੱਥੇ, ਤੇ ਉਹ ਏਡਾ ਵਧੀਆ ਮੁੰਡਾ, ਮਤਲਬ ਤੁਸੀਂ ਸੋਚ ਵੀ ਨਹੀਂ ਸਕਦੇ ਉਹਦਾ ਤਾਂ ਉਹ ਪ੍ਰੋ ਪੀਪਲ, ਉਹਦਾ ਜਿਹੜਾ ਸਟਾਂਸ ਹੈ ਸਾਰੇ ਸਾਰਾ ਉਹਦੇ ਟੋਟਲ ਬਿਹਾਰ ਦਾ, ਪਿਛਲੇ 10 ਸਾਲਾਂ ਦਾ ਤਾਂ ਮੈਂ ਹੀ ਉਹਨੂੰ ਜਾਣਦਾ, ਔਰ ਉਸ ਦਾ ਜਿਹੜਾ ਪ੍ਰੋ ਪੀਪਲ ਮੂਵਮੈਂਟ ਦੇ ਨਾਲ ਤੁਰਨਾ, ਉਹ ਸਾਬਤ ਕਰਦਾ ਕਿ ਉਹ ਕਦੇ ਵੀ ਇਸ ਕਿਸਮ ਦੀ ਲੋਕਾਂ ਦਾ ਨਾਇਕ ਨਹੀਂ ਹੋ ਸਕਦਾ। ਉਹ ਜਦੋਂ ਅੱਜ ਰੋਲ ਘਚੋਲਾ ਜਿਹਾ ਪੈ ਗਿਆ, ਕੱਲ 2-3 ਚੈਨਲ ਦਾ ਇੰਟਰਵਿਊ ਕਰ ਲਿਆ, ਅੱਜ ਮੇਜਰ ਅਖਬਾਰ ਨੇ ਜਿਹੜੇ ਨਾਰਦਰਨ ਇੰਡੀਆ ਦੇ, ਉਹਨਾਂ ਦੇ ਵਿੱਚੋਂ ਕੁਝ ਜਰਨਲਿਸਟਾਂ ਨੇ ਉਹਨੂੰ ਜਦੋਂ ਇੰਟਰਵਿਊ ਕੀਤਾ, ਤੇ ਜਦੋਂ ਵਿਊ ਪੁਆਇੰਟ ਲੈਣ ਵਾਸਤੇ ਬੀਜੇਪੀ ਆਫਿਸ ਦਾ ਪਤਾ ਕੀਤਾ ਤੇ ਬੀਜੇਪੀ ਵਾਲਿਆਂ ਨੇ ਸ਼ਤਾਨੀਆ ਕੀਤੀ, ਉਹਦੀ ਫੋਟੋ ਹਟਾ ਕੇ ਉੱਥੇ ਐਵੇਂ ਕਾਰਟੂਨ ਜਿਹਾ ਲਾਤਾ। ਸੋ ਇਹ ਮਤਲਬ ਕੱਚੀਆਂ ਜਿਹੀਆਂ ਖੇਡਾਂ ਪਤਾ ਨਹੀਂ ਕਿਉਂ ਖੇਡੀ ਜਾਂਦੀ ਇਹੋ ਜਿਹੀ, ਮੀਡੀਆ ਟੀਮ ਕਹਿੰਦੇ ਬੜੀ ਸਿਆਣੀ, ਬੜੀ ਸਿਆਣੀ, ਮੈਨੂੰ ਲੱਗਦਾ ਇਹਨਾਂ ਕਮਲੀ ਟੀਮ ਹੀ ਕੋਈ ਨਹੀਂ, ਇਹੋ ਜਿਹਾ ਕੰਮ ਤਾਂ ਇੱਕ ਸਧਾਰਨ ਜਿਹੜਾ ਪਿੰਡ ਸ਼ਹਿਰ ਚ ਬੈਠਾ ਬੰਦਾ ਉਹ ਵੀ ਨਾ ਕਮਲ ਕੁੱਟੇ ਹੋ ਜਾ ਕੇ ਬੰਦੇ ਨੂੰ ਪੁੱਛੇ ਵੀ ਉਹਨੇ ਫੋਟੋ ਯੂਜ਼ ਕਰ ਲਵੇ, ਉਹਦੀ ਵਰਤ ਲਵੇ। ਪਰ ਹਰਪ੍ਰੀਤ ਸਿੰਘ ਕਹਿ ਰਿਹਾ, ਹਰ ਫਾਰਮਰ ਕਹਿ ਰਿਹਾ ਕਿ ਮੈਂ ਇਹਨਾਂ ਨੂੰ ਕੋਰਟ ਚ ਘੜੀਸਾਂਗਾ ਔਰ ਇਹਨਾਂ ਦੇ ਮਾਨਹਾਨੀ ਦਾ ਵੀ ਕਰਾਂਗਾ, ਤੇ ਨਾਲ ਦੀ ਨਾਲ ਇਹ ਕਹਾਂਗਾ ਕਿ ਤੁਸੀਂ ਮੈਨੂੰ ਲੋਕ ਦੁਸ਼ਮਣ ਸਫਾ ਚ ਕਿਵੇਂ ਸ਼ਾਮਿਲ ਕੀਤਾ। ਸਹੀ ਗੱਲ ਹੈ ਜੀ ਗਿੱਲ ਸਾਹਿਬ, ਇੱਕ ਕੋਈ ਮੁੱਕੇਬਾਜ਼ੀ ਦੀ ਖਬਰ ਆ ਰਹੀ ਹੈ ਜੀ, ਇੱਕ ਲੜਕੀ ਨੇ ਕੁਛ ਜਿੱਤਿਆ ਜੀ ਮੁਕਾਬਲਾ, ਉਹਦੇ ਬਾਰੇ ਕੀ ਖਬਰ ਉਹ ਹੈ ਜੀ? ਬੜੀ 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 ਵੱਡੀ ਗੱਲ ਹੈ ਜੀ। ਉਹ ਸਿਮਰਨਜੀਤ ਕੌਰ 62 ਬੇਟੀ ਹੈ ਲੁਧਿਆਣਾ ਜ਼ਿਲ੍ਹੇ ਦੀ, ਜੀ ਉਹਦਾ ਚੱਕਰ ਪਿੰਡ ਹੈ, ਔਰ ਮੇਰੇ ਵਾਸਤੇ ਵੀ ਮਾਣ ਦੀ ਗੱਲ ਇਸ ਕਰਕੇ ਵੀ ਹੈ ਕਿਉਂਕਿ ਮੈਂ ਉਹਦੇ ਦਾਦਾ ਜੀ ਦਾ ਬੜਾ ਮਦਾਹ ਸੀ, ਉਹ ਬੜੇ ਅੱਛੇ ਨਾਵਲਿਸਟ ਸੀ ਪੰਜਾਬੀ ਜ਼ਬਾਨ ਦੇ, ਸਾਹਿਬ ਮਹਿੰਦਰ ਸਿੰਘ ਚੱਕਰ।
ਔਰ ਉਹਨਾਂ ਦੀ ਪੋਤਰੀ ਹੈ ਸਿਮਰਨਜੀਤ ਕੌਰ ਬਾਠ, ਜਿਹਨੇ ਇੰਟਰਨੈਸ਼ਨਲ ਬਾਕਸਿੰਗ ਦੇ ਵਿੱਚ ਗੋਲਡ ਮੈਡਲ ਜਿੱਤਿਆ ਹੈ। ਪਹਿਲਾਂ ਜੀ ਵੀ ਇਹ ਇੰਟਰਨੈਸ਼ਨਲ ਲੈਵਲ ਦੇ ਉੱਤੇ ਤਿੰਨ ਚਾਰ ਵੱਡੀਆਂ ਅਚੀਵਮੈਂਟਸ ਕਰ ਚੁੱਕੀ ਹੈ, ਔਰ ਜਿਹਨੇ ਜਿਹੜੀ ਟੀਮ ਨੇ ਓਲੰਪਿਕਸ 'ਚ ਭਾਗ ਲੈਣਾ ਉਸ ਟੀਮ ਵਾਸਤੇ ਵੀ ਇਹਦੀ ਚੋਣ ਹੋ ਚੁੱਕੀ ਹੈ ਆਪਣੀਆਂ ਪ੍ਰਾਪਤੀਆਂ ਦੇ ਸਿਰ ਦੇ ਉੱਤੇ। ਔਰ ਬੜੇ ਲਿਸੇ ਘਰ ਦੀ ਧੀ ਹੈ ਉਹ, ਕਿਉਂਕਿ ਦਾਦੇ ਦਾ ਵੀ ਉਦੋਂ ਅੱਤਵਾਦ ਦੌਰਾਨ ਕਤਲ ਹੋ ਗਿਆ ਸੀ, ਫਾਦਰ ਦੀ ਵੀ ਮੌਤ ਹੋ ਚੁੱਕੀ ਹੈ, ਔਰ ਮਾਂ ਆਪਣੇ ਪੁੱਤਰ ਤੇ ਧੀ ਨੂੰ ਪਾਲ ਰਹੀ ਬੜੀ ਤੰਗੀ ਤੁਰਸ਼ੀ ਦੇ ਵਿੱਚ। ਪਰ ਇਹਦੇ ਬਾਵਜੂਦ ਉਸ ਬੱਚੀ ਦਾ ਮੋਰਾਲ ਇੰਨਾ ਉੱਚਾ ਹੈ ਕਿ ਨਾਲ ਨਾਲ ਪੜ੍ਹ ਵੀ ਰਹੀ ਹੈ ਤੇ ਨਾਲ ਦੀ ਨਾਲ ਆਪਣੀ ਬਾਕਸਿੰਗ ਦੀ ਇੰਟਰਨੈਸ਼ਨਲ ਕੋਚਿੰਗ ਵੀ ਲੈ ਰਹੀ ਹੈ। ਉਹਨੂੰ ਐਨਆਈਐਸ ਪਟਿਆਲਾ ਤੋਂ ਵੀ ਕੋਚਿੰਗ ਮਿਲ ਰਹੀ, ਸਰਦਾਰ ਗੁਰਬਖਸ਼ ਸਿੰਘ ਸੰਧੂ ਉਹਦੇ ਕੋਚ ਨੇ, ਔਰ ਖਾਸ ਕਰਕੇ ਜਿਹੜੇ ਪਿੰਡ ਦੇ ਵਿੱਚ ਉਹਨਾਂ ਦੀ ਸ਼ੇਰੇ ਪੰਜਾਬ ਜਿਹੜੀ ਸਪੋਰਟਸ ਕਲੱਬ ਹੈ, ਅਕੈਡਮੀ ਹੈ, ਉਹਦੀ ਉਹ ਸਟੂਡੈਂਟ ਹੈਗੀ, ਜਿਸ ਤੋਂ ਪਹਿਲਾਂ ਵੀ ਦੋ ਤਿੰਨ ਬੱਚੀਆਂ ਇੰਟਰਨੈਸ਼ਨਲ ਲੈਵਲ ਤੇ ਜਾ ਚੁੱਕੀਆਂ ਨੇ, ਔਰ ਕਿਊਬਾ 'ਚੋਂ ਟ੍ਰੇਨਿੰਗ ਕਰਕੇ ਆਈਆਂ। ਹੁਣ ਕਿਊਬਾ 'ਚੋਂ ਟ੍ਰੇਨਿੰਗ ਜਿਹੜੀ ਕਰਵਾਈ ਉਹ ਕਰਵਾਈ ਸਿੱਧੂ ਬ੍ਰਦਰਸ ਨੇ ਉਸ ਪਿੰਡ ਦੇ ਜੰਮੇ ਜਾਏ ਜਿਹੜੇ ਟੋਰਾਂਟੋ 'ਚ ਵਸਦੇ ਨੇ, ਸਰਦਾਰ ਅਜਮੇਰ ਸਿੰਘ ਸਿੱਧੂ ਔਰ ਸਾਹਿਬ ਬਲਦੇਵ ਸਿੰਘ ਸਿੱਧੂ। ਅਜਮੇਰ ਸਿੰਘ ਹੋਰੀ ਤਾਂ ਖੈਰ ਪਰਮਾਤਮਾ ਨੂੰ ਪਿਆਰੇ ਹੋ ਗਏ ਨੇ, ਬੜੀ ਹਿੰਮਤ ਨਾਲ ਉਹਨਾਂ ਨੇ ਪਿੰਡ ਦਾ ਕਾਇਆਕਲਪ ਕੀਤਾ ਸੀ। ਜੇ ਮੈਂ ਇਹ ਆਖਾਂ ਬਾਕਸਿੰਗ ਦੇ ਬਹਾਨੇ ਦੱਸਾਂ ਤੁਹਾਨੂੰ ਰਣਜੀਤ ਜੀ, ਤੁਸੀਂ ਬੜੇ ਇਸ ਗੱਲ ਦੇ ਬਾਰੇ ਬੜੇ ਪਰੇਸ਼ਾਨ ਹੋਵੋਗੇ ਕਿ ਲੁਧਿਆਣੇ ਜ਼ਿਲ੍ਹੇ ਦਾ ਬਿਲਕੁਲ ਆਖਰੀ ਪਿੰਡ ਹੈ ਜਗਰਾਉਂ ਤਹਿਸੀਲ ਦਾ ਚੱਕਰ, ਔਰ ਜੀ ਬਹੁਤ ਵੱਡਾ ਪਿੰਡ ਹੈ, ਬਹੁਤ ਵੱਡਾ ਪਿੰਡ ਹੈ। ਉਸ ਪਿੰਡ ਦੀ ਖਾਸੀਅਤ ਕਹਿ ਲਓ ਜਾਂ ਪਛਾਣ ਇਹ ਸੀ ਵੀ ਉੱਥੇ ਸਾਲ ਦੇ ਵਿੱਚ ਦੋ ਚਾਰ ਕਤਲ ਤਾਂ ਹੁੰਦੇ ਹੁੰਦੇ ਸੀ, ਤੇ ਕਲੇਸ਼ੀਆਂ ਜ਼ਿਆਦਾ ਕਪੱਤਿਆਂ ਜ਼ਿਆਦਾ ਪਿੰਡ ਗਿਣਿਆ ਜਾਂਦਾ ਸੀ ਪਾਰਟੀਸ਼ਨ ਤੋਂ ਪਹਿਲਾਂ ਤੋਂ ਲੈ ਕੇ। ਪਰ ਇਸ ਸਿੱਧੂ ਭਰਾਵਾਂ ਦੀ ਜੋੜੀ ਨੇ ਪਿੰਡ ਦੀ ਮਦਦ ਨਾਲ, ਪਿੰਡ ਦੀ ਇਮਦਾਦ ਦੇ ਨਾਲ, ਜਿਹਦੇ ਵਿੱਚ ਬਲਵੰਤ ਸਿੰਘ ਸੰਧੂ ਦਾ ਬੜਾ ਵੱਡਾ ਰੋਲ ਹੈ, ਜਿਹੜੇ ਪ੍ਰਿੰਸੀਪਲ ਸਰਵਣ ਸਿੰਘ ਜਿਹੜੇ ਸਪੋਰਟਸ ਰਾਈਟਰ, ਉਹਨਾਂ ਦਾ ਭਤੀਜਾ, ਔਰ ਆਪ ਬੜਾ ਅੱਛਾ ਸਪੋਰਟਸ ਰਾਈਟਰ ਹੈ ਔਰ ਪ੍ਰਿੰਸੀਪਲ ਹੈ ਇਸ ਵੇਲੇ ਗੁਰੂ ਗੋਬਿੰਦ ਸਿੰਘ ਕਾਲਜ ਕਮਾਲਪੁਰੇ ਦਾ, ਉਹਨੇ ਸ਼ੇਰੇ ਪੰਜਾਬ ਅਕੈਡਮੀ ਦੀ ਜ਼ਿੰਮੇਵਾਰੀ ਲਈ ਜਦੋਂ ਇਹਨਾਂ ਭਰਾਵਾਂ ਨੇ ਸ਼ੁਰੂ ਕੀਤੀ ਉੱਥੇ, ਔਰ ਪਿੰਡ ਦਾ ਕਾਇਆਕਲਪ ਇਹਨਾਂ ਨੇ ਕੀਤਾ ਕਿ ਪਿੰਡ ਦਾ ਸੀਵਰੇਜ ਸਾਰਾ ਖੁਦ ਪਾਇਆ, ਉਸ ਸੀਵਰੇਜ ਨੂੰ ਪਾਉਣ ਵਾਸਤੇ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਮਦਦ ਲਈ, ਔਰ ਪਿੰਡ ਦੇ ਜਿਹੜੇ ਨੌਜਵਾਨ ਨੇ ਅੱਜ ਵੀ ਸਾਰੇ ਪਿੰਡ ਦੀ ਸਫਾਈ ਰਾਤ ਨੂੰ ਕਰਕੇ ਫਿਰ ਸੌਂਦੇ ਨੇ, ਔਰ ਗਲੀਆਂ ਦੇ ਵਿੱਚ ਆਪ ਝਾੜੂ ਲਾਉਂਦੇ ਨੇ। ਉਸ ਪਿੰਡ ਦਾ ਕਲਚਰ ਐਸਾ ਡਿਵੈਲਪ ਕੀਤਾ ਕਿ ਕੋਈ ਕਿਸੇ ਨੂੰ ਹੁਣ ਗਾਲ ਵੀ ਨਹੀਂ ਕੱਢਦਾ, ਜਦਕਿ ਉੱਥੇ ਗਾਲ ਤੋਂ ਬਿਨਾਂ ਬੁਲਾਉਂਦਾ ਕੋਈ ਨਹੀਂ ਸੀ ਹੁੰਦਾ। ਹੁਣ ਉਹ ਮੈਂ ਪਿੱਛੇ ਦੇ ਸੁਲਤਾਨਪੁਰ ਲੋਧੀ ਗਿਆ ਤੇ ਉਹ ਬੱਸ ਭਰ ਕੇ ਉੱਥੇ ਆਏ ਹੋਏ, ਤੇ ਮੈਂ ਪੁੱਛਿਆ ਬਲਵੰਤ ਸਿੰਘ ਨਾਲ ਸੀ, ਮੈਂ ਕਿਹਾ ਬਲਵੰਤ ਸਿੰਘ ਇੱਥੇ ਤੁਸੀਂ ਕਾਹਦੇ ਲਈ ਇਹਨਾਂ ਬੱਚਿਆਂ ਨੂੰ ਲੈ ਕੇ ਆਏ ਹੋ? ਕਹਿੰਦੇ ਜੀ ਹਰ ਹਫ਼ਤੇ ਆਉਂਦੇ ਆ ਤੇ ਇੱਥੇ ਸਫਾਈ ਕਰਕੇ ਜਾਂਦੇ ਨੇ, ਔਰ ਬੜਾ ਉਹਨਾਂ ਨੂੰ ਚਾਅ ਚੜ੍ਹਦਾ, ਬਦਲਵੇਂ ਬੱਚੇ ਆਉਂਦੇ ਨੇ ਕਦੇ ਕੋਈ ਕਦੇ ਕੋਈ, ਔਰ ਮੈਨੂੰ ਲੱਗਦਾ ਕਿ ਜਿਹੜਾ ਇਸ ਤਰ੍ਹਾਂ ਪਿੰਡ ਦਾ ਕਾਇਆਕਲਪ ਹੋਣਾ ਉਹਦੀ ਸ਼ਲਾਘਾ ਕਰਨੀ ਵੀ ਬਣਦੀ। ਮੀਡੀਆ ਨੇ ਬਹੁਤ ਅੱਛੀ ਇਹਦੀ ਸ਼ਲਾਘਾ ਕੀਤੀ ਇੰਟਰਨੈਸ਼ਨਲ ਲੈਵਲ ਦੇ ਉੱਤੇ, ਕਈ ਚੈਨਲ ਨੇ ਉਹਨੂੰ ਪਿੰਡ ਨੂੰ ਰਿਪੋਰਟ ਕੀਤਾ, ਔਰ ਮਨੀਸ਼ ਤਿਵਾੜੀ ਜਦੋਂ ਐਮਐਲਏ ਪਾਰਲੀਮੈਂਟ ਸੀ ਉਹਨੇ 10 ਲੱਖ ਰੁਪਏ ਪਿੰਡ ਨੂੰ ਗ੍ਰਾਂਟ ਦਿੱਤੀ, ਹੁਣ ਰਵਨੀਤ ਸਿੰਘ ਬਿੱਟੂ ਨੇ ਮਦਦ ਕੀਤੀ ਹੈ, ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਇਸ ਬੱਚੀ ਨੂੰ ਮੁਬਾਰਕ ਦਿੱਤੀ ਹੈ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਹੋਰਾਂ ਨੇ ਕਿ ਸਾਡੇ ਜ਼ਿਲ੍ਹੇ ਦਾ ਮਾਣ ਵਧਾਇਆ ਇਸ ਬੱਚੀ ਨੇ, ਔਰ ਪੰਜਾਬ ਗਵਰਨਮੈਂਟ ਨੇ ਵੀ ਜਦੋਂ ਵਧਾਈ ਦਿੱਤੀ ਤਾਂ ਉਹਨਾਂ ਨੇ ਕਿਹਾ ਕਿ ਸਿਮਰਨਜੀਤ ਨੂੰ ਅਸੀਂ ਇੱਕ ਰਜਿਸਟ੍ਰੇਸ਼ਨ ਗ੍ਰੈਜੂਏਸ਼ਨ ਹੋ ਜਾਏਗੀ ਉਸੇ ਦਿਨ ਅਸੀਂ ਇਹਨੂੰ ਪੰਜਾਬ ਪੁਲਿਸ ਦੇ ਵਿੱਚ ਡੀਐਸਪੀ ਦਾ ਅਹੁਦਾ ਦੇਵਾਂਗੇ। ਰਾਣਾ ਗੁਰਮੀਤ ਸਿੰਘ ਸੋਢੀ ਜਿਹੜੇ ਸਪੋਰਟਸ ਦੇ ਮਿਨਿਸਟਰ ਨੇ ਪਹਿਲਾਂ ਵੀ ਜਦੋਂ ਪ੍ਰਾਪਤੀ ਕਰਕੇ ਆਈ ਸੀ ਤੇ ਆਪ ਉਚੇਚੇ ਤੌਰ ਤੇ ਬੁਲਾ ਕੇ ਇੱਜ਼ਤ ਮਾਣ ਦਿੱਤਾ, ਔਰ ਹੁਣ ਜਦੋਂ ਪਿਛਲੀ ਵਾਰ ਜਿੱਤ ਕੇ ਆਈ ਉਦੋਂ ਪੰਜਾਬ 'ਚ ਪਾਰਲੀਮੈਂਟ ਦੇਸ਼ 'ਚ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਚੱਲ ਰਹੀਆਂ ਸੀ, ਔਰ ਉਦੋਂ ਰਵਨੀਤ ਸਿੰਘ ਬਿੱਟੂ ਨੇ ਉਚੇਚੇ ਤੌਰ ਦੇ ਉੱਤੇ ਇਸ ਬੱਚੇ ਨੂੰ ਆਪ ਜਾ ਕੇ ਨਾਲੇ ਤਾਂ 51,000 ਰੁਪਏ ਦਾ ਸ਼ਗਨ ਪਾਇਆ, ਤੇ ਨਾਲ ਦੀ ਕਿਹਾ ਕਿ ਬੇਟੀ ਜਦੋਂ ਤੂੰ ਜਦੋਂ ਵੀ ਆਪਣੀ ਗ੍ਰੈਜੂਏਸ਼ਨ ਕਰ ਲੈਣੀ ਹੈ ਤਾਂ ਮੈਂ ਸੀਐਮ ਸਾਹਿਬ ਨੂੰ ਮਿਲ ਕੇ ਉਚੇਚ ਨਾਲ ਜਾ ਕੇ ਤੇ ਤੇਰੇ ਰੁਜ਼ਗਾਰ ਦਾ ਪ੍ਰਬੰਧ ਵੀ ਕਰਾਂਗਾ ਤਾਂ ਕਿ ਸਾਨੂੰ ਮਾਣ ਹੋਵੇ। ਪਰ ਇੱਕ ਗੱਲ ਸੁਣ ਲੈ, ਸਾਰਾ ਸ਼ਹਿਰ ਤੈਨੂੰ ਉਡੀਕੇਗਾ ਉਸ ਦਿਨ ਜਿਸ ਦਿਨ ਤੂੰ ਓਲੰਪਿਕਸ 'ਚ ਗੋਲਡ ਜਿੱਤ ਕੇ ਆਏਗੀ, ਔਰ ਉਸ ਬੱਚੇ ਨੇ ਇਕਰਾਰ ਕੀਤਾ, ਔਰ ਮੈਨੂੰ ਲੱਗਦਾ ਕਿ ਗੋਲਡ ਮੈਡਲ ਉਹਨੇ ਕੁੜੀ ਨੇ ਜਿੱਤ ਲੈਣਾ, ਜਿੰਨੀ ਉਹ ਸਿਰਟ ਨਾਲ ਜਿੰਨੀ ਟ੍ਰੇਨਿੰਗ ਵਧੀਆ ਕਰ ਰਹੀ ਹੈ, ਜੋ ਪੋਟੈਂਸ਼ੀਅਲ ਹੈ ਉਹਦਾ, ਇਹਦੇ ਬਾਰੇ 'ਚ ਗੁਰਬਖਸ਼ ਸਿੰਘ ਸੰਧੂ ਵੀ ਦੱਸ ਰਹੇ ਸਨ ਮੈਨੂੰ, ਜਿਹੜੇ ਦਰੋਣਾਚਾਰੀ ਅਵਾਰਡੀ ਹੋਣ ਕਰਕੇ ਬਾਕਸਿੰਗ ਦੇ ਵਿੱਚ ਉਹਨਾਂ ਨੇ ਫਸਟ ਓਲੰਪੀਅਨ ਵੀ ਉਹਨਾਂ ਨੇ ਵਿਜੇਂਦਰ ਸਿੰਘ ਤਿਆਰ ਕੀਤਾ ਸੀ, ਹੋਰ ਵੀ ਉਹਨਾਂ ਨੇ ਬੜੇ ਇੰਟਰਨੈਸ਼ਨਲ ਲੈਵਲ ਦੇ ਪਲੇਅਰ ਤਿਆਰ ਕੀਤੇ ਨੇ। ਹੁਣੇ ਉਹਨਾਂ ਨੇ ਅਸਤੀਫਾ ਦਿੱਤਾ ਕਿਸਾਨ ਮੋਰਚੇ ਦੇ ਹੱਕ ਦੇ ਵਿੱਚ ਆਪਣੇ ਦਰੋਣਾਚਾਰੀਆਂ ਦੀ ਇੱਜ਼ਤ ਤੋਂ, ਕਰਤਾਰ ਸਿੰਘ ਪਹਿਲਾਂ ਜਾ ਕੇ ਰਾਸ਼ਟਰਪਤੀ ਮੋੜ ਕੇ ਆਏ ਨੇ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਉਸ ਬੱਚੀ ਨੇ ਲੁਧਿਆਣੇ ਨੂੰ ਪਹਿਲਾ ਓਲੰਪਿਕਸ ਦਾ ਗੋਲਡ ਮੈਡਲ ਇੰਡੀਵਿਜੁਅਲ ਗੇਮ ਦੇ ਵਿੱਚ ਲਿਆ ਕੇ ਦੇ ਦੇਣਾ, ਔਰ ਇਸ ਆਸ ਤੇ ਅਰਦਾਸ ਨਾਲ ਅਸੀਂ ਸਾਰੇ ਜਾਣੇ ਬਹੁਤ ਪ੍ਰਸੰਨ ਹਾਂ। ਔਰ ਮੈਨੂੰ ਅੱਜ ਹੀ ਦੱਸ ਰਹੇ ਸੀ ਲੁਧਿਆਣਾ ਦੇ ਸੀਨੀਅਰ ਐਡਵੋਕੇਟ ਨੇ ਹਰਪ੍ਰੀਤ ਸਿੰਘ ਸੰਧੂ ਕਿ ਜਦੋਂ ਸਾਡੇ ਕੋਲ ਉਦੋਂ ਗੋਲਡ ਮੈਡਲ ਜਿੱਤ ਕੇ ਆਈ ਇੰਟਰਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ ਦੇ ਵਿੱਚ, ਤਾਂ ਉਦੋਂ ਇੱਕ ਮਾਸੂਮ ਜਿਹੀ ਬੱਚੀ ਜਿਵੇਂ ਪੇਂਡੂ ਬੱਚੀ ਹੁੰਦੀ ਹੈ ਉਹਨੂੰ ਉਸ ਕਿਸਮ ਦਾ ਉਹਦਾ ਆਤਮ ਵਿਸ਼ਵਾਸ ਸੀ, ਉਹੀ ਉਸਨੂੰ ਇੰਟਰਨੈਸ਼ਨਲ ਲੈਵਲ ਦੇ ਉੱਤੇ ਇੰਨੀ ਮਿਹਨਤ ਲਈ ਪ੍ਰੇਰਿਆ, ਤੇ ਨਾਲ ਦੀ ਨਾਲ ਜਿਹੜੀ ਸਹੀ ਟ੍ਰੇਨਿੰਗ ਨੇ ਖਾਸ ਕਰਕੇ ਉਤਸ਼ਾਹਿਤ ਕਰ ਰਹੇ ਨੇ ਪਰਿਵਾਰ ਦੇ ਜੀ, ਪਿੰਡ ਦੇ ਜੀ, ਸ਼ੇਰੇ ਪੰਜਾਬ ਅਕੈਡਮੀ ਦੇ ਜੀ,
ਔਰ ਸਰਦਾਰ ਬਲਦੇਵ ਸਿੰਘ ਸਿੱਧੂ ਜਿਹੜੇ ਇਸ ਅਕੈਡਮੀ ਨੂੰ ਰਨ ਕਰਦੇ ਨੇ, ਚਲਾਉਂਦੇ ਨੇ ਟੋਰਾਂਟੋ ਵਾਲੇ, ਔਰ ਜਿਹੜੇ ਕੋਚਿੰਗ ਦੇ ਰਹੇ ਨੇ ਸਰ ਦਵਿੰਦਰ ਸਿੰਘ ਸੰਧੂ, ਖਾਸ ਕਰਕੇ ਐਸਪੀ ਸਾਹਿਬ ਜਿਹੜੇ ਪਹਿਲਾਂ ਇਸ ਪਿੰਡ ਨੂੰ ਸਪੋਰਟਸ ਕਲਚਰ ਵਾਲੇ ਰਾਹ ਤੋਰਨ ਵਾਲੇ ਨੇ ਪਟਿਆਲੇ ਉਚੇਚ ਨਾਲ, ਉਹ ਹੁਣ ਵੀ ਲਗਭਗ ਹਰ ਹਫਤੇ ਗੇੜਾ ਮਾਰਦੇ ਨੇ। ਔਰ ਮੈਨੂੰ ਲੱਗਦਾ ਕਿ ਇਸ ਪਿੰਡ ਦੇ ਕਾਇਆਕਲਪ ਦੇ ਵਿੱਚ ਬਾਕਸਿੰਗ ਦੀ ਜਿਹੜੀ ਇੱਕ ਖਾਸ ਟ੍ਰੇਨਿੰਗ ਹੈ ਉਹਦਾ ਬਹੁਤ ਵੱਡਾ ਰੋਲ ਬਣੇਗਾ। ਇਹ ਵੀ ਗੱਲ ਨਾਲ ਹੀ ਕਹਿਣੀ ਬਣਦੀ ਹੈ ਕਿ ਏਡੀ ਵੱਡੀ ਅਚੀਵਮੈਂਟ ਵਾਲੇ ਪਿੰਡ ਨੂੰ ਲਾਜ਼ਮੀ ਤੌਰ ਤੇ ਸਰਕਾਰ ਨੂੰ ਉਹ ਸਾਰੀਆਂ ਫੈਸਿਲਿਟੀ ਸਪੋਰਟਸ ਤੇ ਦੇਣੀਆਂ ਚਾਹੀਦੀਆਂ ਨੇ, ਜਿਨ੍ਹਾਂ ਦੇ ਨਾਲ ਉਸ ਪਿੰਡ ਦੇ ਹੋਰ ਬੱਚੇ, ਅੱਜ ਸ਼ੇਰੇ ਪੰਜਾਬ ਅਕੈਡਮੀ ਦੇ ਵਿੱਚ ਲਗਭਗ 50 ਤੋਂ ਲੈ ਕੇ 70 ਬੱਚੇ ਹਰ ਰੋਜ਼ ਪ੍ਰੈਕਟਿਸ ਕਰਦੇ ਨੇ ਬਾਕਸਿੰਗ ਦੀ ਜਾ ਕੇ ਉੱਥੇ। ਔਰ ਜੇ ਕਰ ਰਹੇ ਨੇ ਬੱਚੇ, ਇਹਦਾ ਮਤਲਬ ਵੀ ਉਹਨਾਂ ਦੀਆਂ ਸ਼ਾਮਾਂ ਬਿਜ਼ੀ ਹੋ ਗਈਆਂ, ਮੁੰਡਿਆਂ ਦੀਆਂ ਵੀ ਕੁੜੀਆਂ ਦੀਆਂ ਵੀ। ਔਰ ਜਦੋਂ ਕੁੜੀਆਂ ਮੁੰਡੇ ਇਕੱਠੇ ਪ੍ਰੈਕਟਿਸ ਕਰਦੇ ਨੇ ਤਾਂ ਇੱਕ ਭਾਈਚਾਰਕ ਸ਼ਕਤੀ ਵੀ ਮਜ਼ਬੂਤ ਹੁੰਦੀ ਹੈ। ਸੋ ਮੈਨੂੰ ਲੱਗਦਾ ਹੈ ਕਿ ਇੱਕ ਰੋਲ ਮਾਡਲ ਵਾਂਗ ਇਸ ਪਿੰਡ ਨੂੰ ਪਰਦੇਸੀ ਭਰਾਵਾਂ ਨੂੰ ਵੀ ਸਪੋਂਸਰ ਕਰਨਾ ਚਾਹੀਦਾ, ਇਹਦਾ ਇੱਜ਼ਤ ਮਾਣ ਵਧਾਉਣਾ ਚਾਹੀਦਾ, ਔਰ ਜਦੋਂ ਕਿਤੇ ਦੇਸ਼ ਆਉਣ ਤਾਂ ਉਹਨਾਂ ਨੂੰ ਚੱਕਰ ਦਾ ਗੇੜਾ ਜ਼ਰੂਰ ਲਾਉਣਾ ਚਾਹੀਦਾ, ਚੱਕਰ ਦਾ ਚੱਕਰ ਜ਼ਰੂਰ ਲਾਉਣਾ ਚਾਹੀਦਾ। ਬਿਲਕੁਲ ਜੀ। ਗਿੱਲ ਸਾਹਿਬ, ਕਰੋਨਾ ਦੀ ਕੀ ਅਪਡੇਟ ਹੈ ਜੀ? ਕਰੋਨਾ ਵੇਖੋ ਜੀ, ਰਾਤੀ ਜਿਹੜੀ ਲਾਸਟ ਫਲਾਈਟ ਆਈ ਉੱਥੋਂ 12:05 ਤੇ ਉਤਰਨੀ ਸੀ, 12:40 ਤੇ ਉਤਰੀ ਇੰਗਲੈਂਡ ਤੋਂ ਰਾਜਸਥਾਨ ਏਅਰਪੋਰਟ ਤੇ। ਉਹਦੇ ਚ 242 ਬੰਦਿਆਂ ਨੂੰ ਉਹਨਾਂ ਨੇ ਚੈੱਕ ਕੀਤਾ, ਜਿਵੇਂ ਕੱਲ ਵੀ ਆਪਾਂ ਡਿਸਕਸ ਕੀਤਾ ਸੀ, ਤੇ ਉਹ 242 ਦੇ ਵਿੱਚੋਂ 8 ਬੰਦੇ ਜਿਹੜੇ ਨੇ ਉਹ ਕਰੋਨਾ ਪੋਜ਼ਿਟਿਵ ਨਿਕਲੇ। ਤੇ ਕਿਉਂਕਿ ਪਹਿਲਾ ਦਿਨ ਸੀ ਜਿਹਦੇ ਚੈੱਕਅਪ ਕਰਨਾ ਸੀ ਇਹਨਾਂ ਨੇ, ਇਸ ਕਰਕੇ ਕਾਫੀ ਲੇਟ ਹੋ ਗਿਆ, ਲੋਕਾਂ ਨੂੰ ਇਸ ਗੱਲ ਦਾ ਤਕਲੀਫ ਹੀ ਪਹੁੰਚੀ। ਔਰ ਉਹਨਾਂ ਨੂੰ ਜਿਹੜੇ 8 ਕਰੋਨਾ ਪੋਜ਼ਿਟਿਵ ਨੇ ਉਹ ਤਾਂ ਗੁਰੂ ਨਾਨਕ ਦੇਵ ਹਸਪੀਟਲ ਦੇ ਵਿੱਚ ਉੱਥੇ ਐਡਮਿਟ ਕਰਵਾ ਦਿੱਤੇ ਗਏ, ਔਰ ਜਿਹੜੇ ਬਾਕੀ ਸੀਗੇ ਉਹਨਾਂ ਦੇ ਵਿੱਚੋਂ ਉਹਨਾਂ ਨੂੰ ਸਾਰਿਆਂ ਨੂੰ 14 ਦਿਨ ਵਾਸਤੇ ਆਪੋ ਆਪਣੇ ਘਰਾਂ ਦੇ ਵਿੱਚ ਕੁਆਰੰਟਾਈਨ ਕੀਤਾ ਗਿਆ। ਔਰ ਦੁਖਦਾਈ ਖਬਰ ਇਹ ਹੈ ਕਿ ਉਹਨਾਂ ਚੋਂ ਇੱਕ ਭੈਣ ਉਹ ਸੀ ਜਿਹੜੀ ਕਈ ਸਾਲਾਂ ਬਾਅਦ ਆਪਣੇ ਬਾਪ ਦੀ ਅੰਤਮ ਅਰਦਾਸ ਵਾਸਤੇ ਆਈ ਹੋਈ ਸੀ, ਉਸ ਨੂੰ ਉੱਥੇ ਬਹੁਤ ਲੰਮਾ ਸਮਾਂ ਵੇਟ ਕਰਨੀ ਪਈ, ਜਿਹਦੇ ਬਾਹਰ ਉਡੀਕਣ ਵਾਲੇ ਜਿਹੜੇ ਜੀ ਸੀ ਉਹ ਵੀ ਬਹੁਤ ਪਰੇਸ਼ਾਨ ਹੋਏ, ਔਰ ਉਹ ਅੱਜ ਬਹੁਤ ਦੁੱਖ ਨਾਲ ਦੱਸ ਰਹੀ ਸੀ ਕਿ ਸਾਨੂੰ ਇੱਥੇ ਰਾਜਸਥਾਨ ਏਅਰਪੋਰਟ ਤੇ ਇਸ ਤਰ੍ਹਾਂ ਇੰਨਾ ਵਕਤ ਰੋਕਣਾ, ਜੇ ਸਾਨੂੰ ਪਹਿਲਾਂ ਪਤਾ ਹੁੰਦਾ ਤਾਂ ਅਸੀਂ ਕੋਈ ਬਦਲਵਾਂ ਪ੍ਰਬੰਧ ਕਰ ਲੈਂਦੇ, ਪਰ ਦੂਜੇ ਪਾਸੇ ਇਹ ਵੀ ਪਤਾ ਲੱਗਿਆ ਕਿ ਕਰੋਨਾ ਕਰਕੇ ਜਿੰਨੀਆਂ ਵੀ ਫਲਾਈਟਸ ਇੰਗਲੈਂਡ ਤੋਂ ਆਉਣ ਵਾਲੀਆਂ ਇੰਡੀਆ ਨੂੰ ਨੇ ਉਹ ਵੀ ਅੱਜ ਗਵਰਨਮੈਂਟ ਆਫ ਇੰਡੀਆ ਨੇ ਬੰਦ ਕਰ ਦਿੱਤੀਆਂ ਨੇ, ਉਹ ਨਹੀਂ ਉਤਰਨ ਦੇਣਗੇ, ਇਸ ਕਰਕੇ ਇਹ ਇੱਕ ਨਵਾਂ ਡਿਵੈਲਪਮੈਂਟ ਦਾ ਫੇਜ਼ ਹੈ। ਜੀ, ਪਤਾ ਲੱਗਿਆ ਜੀ ਕਿ ਜਿਹੜੇ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਨੇ ਉਹ ਵੀ ਕੋਰੋਨਾ ਪੀੜਤ ਹੋ ਗਏ ਨੇ ਜੀ, ਔਜਲਾ ਸਾਹਿਬ ਹਾਂ, ਉਹ ਉੱਥੇ ਧਰਨੇ ਤੇ ਬੈਠੇ ਸੀ ਨਾ ਜੰਤਰ ਮੰਤਰ, ਜੀ। ਤੇ ਉਹ ਵਾਇਰਸ ਤੋਂ ਪੀੜਿਤ ਨੇ, ਤੇ ਹੁਣ ਤਾਂ ਮੈਨੂੰ ਲੱਗਦਾ ਵੀ ਜਿਹੜੇ ਬਾਕੀ ਨਾਲ, ਕਿਉਂਕਿ ਸੌਂਦੇ ਤਾਂ ਇਕੱਠੇ ਹੀ ਸਨ ਉਸ ਗੱਦਿਆਂ ਤੇ, ਸੋ ਹੁਣ ਤਾਂ ਬਿੱਟੂ ਨੂੰ ਵੀ ਸੋਚਣਾ ਪੈਣਾ, ਤੇ ਗੁਰਜੀਤ ਦੇ ਨਾਲ ਨਾਲ ਦੂਸਰੇ ਪਾਸੇ ਡਿੰਪਾ ਸੁੱਤਾ ਹੁੰਦਾ ਸੀ, ਤੇ ਉਹ ਜਿਹੜਾ 6 ਫੁੱਟ ਵਾਲਾ ਫਾਸਲਾ ਤੇ ਮੈਨੂੰ ਲੱਗਦਾ ਨੀ ਜਿਵੇਂ ਮੂਰਤਾਂ 'ਚ ਵੇਖਿਆ ਮੈਂ। ਸੋ ਕੁਛ MLA ਵੀ ਜਾ ਕੇ ਕੁਲਵੀਰ ਸਿੰਘ ਜੀਰਾ ਤੇ ਹੋਰ ਵੀ ਸੌਂਦੇ ਸੀ ਉੱਥੇ, ਸੋ ਇੰਨਾ ਇੰਟੀਮੇਟ ਰਹਿਣ ਵਾਲਿਆਂ ਨੂੰ ਤਾਂ ਹੁਣ ਆਪ ਸਾਰੀ ਫਿਰ ਦੁਬਾਰਾ ਟੈਸਟਿੰਗ ਕਰਾਉਣੀ ਪਏਗੀ। ਔਰ ਗੁਰਜੀਤ ਸਿੰਘ ਔਜਲਾ ਪੋਜ਼ਿਟਿਵ ਨਿਕਲਣ ਤੋਂ ਬਾਅਦ ਬਾਕੀ ਸਾਰਾ ਸਰਕਲ ਜਿਹੜਾ ਹੈਗਾ ਉਹਦਾ, ਜਿਹੜੇ ਮਿੱਤਰ ਦਾਇਰਾ ਉਹਦਾ, ਉਸ ਨੂੰ ਵੀ ਬਹੁਤ ਸੁਚੇਤ ਹੋਣਾ ਪਏਗਾ। ਜੀ, ਤੁਸੀਂ ਡਿੰਪਾ ਹੋਣਾ ਦਾ ਨਾਮ ਲਿਆ ਜੀ। ਡਿੰਪਾ ਹੋਣੀ ਦੀ ਕੱਲ ਦੀ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ, ਇੱਕ ਲੜਕੀ ਪੱਤਰਕਾਰ ਹੈ ਜਿਹੜੀ ਕਿ ਉਹਨਾਂ ਨੂੰ ਸਵਾਲ ਜਵਾਬ ਕਰ ਰਹੀ ਹੈ, ਤੇ ਥੋੜਾ ਜਿਹਾ ਉਹ ਵੀਡੀਓ ਦੇ ਵਿੱਚ ਕਹਿ ਲਓ ਕਿ ਹੱਥੋਪਾਈ ਵਾਲਾ ਮਾਮਲੇ ਤੱਕ ਪਹੁੰਚ ਗਈ ਹੈ ਜੀ ਗੱਲਬਾਤ। ਵੇਖੋ, ਮੈਂ ਤਾਂ ਇਸ ਨੂੰ ਮੰਦਭਾਗੀ ਘਟਨਾ ਮੰਨਾਂਗਾ, ਇਸ ਕਰਕੇ ਮੰਦਭਾਗੀ ਘਟਨਾ ਮੰਨਾਂਗਾ ਕਿ ਕਿਸੇ ਵੀ ਔਰਤ ਹੋਵੇ ਜਾਂ ਮਰਦ ਹੋਵੇ, ਔਰਤ ਹੋਵੇ ਤਾਂ ਜ਼ਿਆਦਾ ਸੁਚੇਤ ਰਹਿਣ ਦੀ ਲੋੜ ਹੈ, ਜੇ ਮਰਦ ਹੋਵੇ ਤਾਂ ਫਿਰ ਵੀ ਵਿਜੀਲੈਂਟ ਰਹਿਣ ਦੀ ਲੋੜ ਹੁੰਦੀ ਹੈ, ਕਿਉਂਕਿ ਮੀਡੀਆ ਇੱਕ ਆਪਣੀ ਡਿਊਟੀ ਕਰ ਰਿਹਾ ਹੈ, ਸਿਆਸਤਦਾਨ ਦੀ ਇੱਕ ਆਪਣੀਆਂ ਲੋੜਾਂ ਨੇ ਥੋੜਾਂ ਨੇ, ਔਰ ਸਿਆਸਤਦਾਨ ਨੂੰ ਕਦੇ ਵੀ ਆਪਣਾ ਟੈਂਪਰ ਲੂਜ਼ ਨਹੀਂ ਕਰਨਾ ਚਾਹੀਦਾ। ਪਰ ਨਾਲ ਦੀ ਨਾਲ ਇੱਕ ਗੱਲ ਇਹ ਵੀ ਜ਼ਰੂਰ ਰੱਖਾਂਗਾ ਰਣਜੀਤ ਜੀ, ਮੈਂ ਵੀਡੀਓ ਵੇਖੀ ਸਾਰੀ, ਉਹਦੇ ਵਿੱਚ ਜਰਨਲਿਸਟ ਨੂੰ ਵੀ ਇੰਨਾ ਹਾਈਪਰ ਹੋ ਕੇ ਗ੍ਰਿਲਿੰਗ ਨਹੀਂ ਕਰਨੀ ਚਾਹੀਦੀ, ਇੰਟਰੋਗੇਸ਼ਨ ਨਹੀਂ ਕਰਨੀ ਚਾਹੀਦੀ। ਜਦੋਂ ਅਗਲਾ ਤੁਹਾਡੇ ਕੇ ਹੱਥ ਜੋੜ ਰਿਹਾ ਕਿ ਮੈਨੂੰ ਭਾਈ ਇਸ ਕਿਸਮ ਦੇ ਸਵਾਲ ਨਾ ਕਰੋ, ਇਸ ਵਕਤ ਮੈਂ ਇੱਥੇ ਬਤੌਰ ਫਾਰਮਰ ਬੈਠਾ ਹੋਇਆ, ਸੋ ਉਹ ਟਕਰਾਓ ਦੀ ਸਥਿਤੀ ਤੋਂ ਵੀ ਗੁਰੇਜ਼ ਕਰਨਾ ਚਾਹੀਦਾ। ਔਰ ਮੈਂ ਨੋਟ ਕਰ ਰਿਹਾ, ਸਿੰਘੂ ਬਾਰਡਰ ਤੇ ਵੀ, ਈਵਨ ਟਿਕਰੀ ਬਾਰਡਰ ਤੇ ਵੀ, ਗਾਜ਼ੀਪੁਰ ਬਾਰਡਰ ਤੇ ਵੀ ਕਈ ਜਰਨਲਿਸਟ ਤਾਂ ਧੱਕੇ ਨਾਲ ਤੁਹਾਨੂੰ, ਮਤਲਬ ਜਿਵੇਂ ਕਹਿੰਦਾ ਤੂੰ ਆ ਕੇ ਲਫ਼ਜ਼ ਕਿਉਂ ਨਹੀਂ ਬੋਲਦਾ, ਤੂੰ ਮਤਲਬ ਇੱਕ ਟਕਰਾਓ ਦੀ ਸਥਿਤੀ ਬਣਾਉਣ ਦੇ ਰਾਹ ਤੁਰੇ ਹੋਏ ਨੇ ਸਾਰੇ, ਮਤਲਬ ਖਾਸ ਕਰਕੇ ਵੈਬ ਚੈਨਲਸ ਨੇ, ਖਾਸ ਕਰਕੇ ਜਿੱਥੇ ਗੋਦੀ ਮੀਡੀਆ ਸਾਰਾ ਕੋਸ਼ਿਸ਼ ਇਸ 'ਚ ਲੱਗਿਆ ਹੋਇਆ ਕਿ ਮੈਂ ਮੋਦੀ ਦੀ ਲੜਾਈ ਮੈਂ ਲੜਨੀ ਹੈ, ਉਹਨੂੰ ਇਹ ਭੁਲੇਖਾ ਵੀ ਜਿਵੇਂ ਉਹ ਥੱਲੇ ਤੁਰਿਆ ਫਿਰਦਾ ਗੱਡੇ ਦੇ ਥੱਲੇ ਕੋਈ ਜਾਨਵਰ ਤੁਰਿਆ ਜਾਂਦਾ ਹੁੰਦਾ, ਤੁਹਾਨੂੰ ਲੱਗਦਾ ਵੀ ਗੱਡਾ ਮੈਂ ਖਿੱਚੀ ਜਾਂਦਾ,
ਮਤਲਬ ਤੁਸੀਂ ਕਿਉਂ ਇਸ ਭਰਮ ਨੂੰ ਪਾਲਦੇ ਹੋ ਕਿ ਸੰਸਾਰ ਨੂੰ ਤੁਸੀਂ ਚਲਾ ਰਹੇ ਹੋ? ਇਸ ਕਰਕੇ ਸਾਨੂੰ ਸੋਚਣਾ ਚਾਹੀਦਾ ਕਿ ਸਾਡੀ ਰਿਸਪੌਂਸਿਬਿਲਿਟੀ ਕੀ ਹੈ। ਅਸੀਂ ਤਾਂ ਨਾਰਥ ਈਸਟ ਵੈਸਟ ਸਾਊਥ ਦੀ ਜਾਣਕਾਰੀ ਦੇਣੀ ਹੈ ਆਪਣੇ ਸਰੋਤਾ ਵਰਗ ਨੂੰ, ਦਰਸ਼ਕ ਵਰਗ ਨੂੰ, ਤੇ ਅਸੀਂ ਉਹ ਦੇਣ ਦੀ ਥਾਂ ਕਰ ਕੀ ਰਹੇ ਹਾਂ? ਆਪਣੇ ਵਹਿਮ ਪਾਲ ਰਹੇ ਹਾਂ, ਆਪਣੀਆਂ ਕਿੜਾਂ ਕੱਢ ਰਹੇ ਹਾਂ, ਆਪਣੇ ਦੁਸ਼ਮਣੀਆਂ ਕੱਢ ਰਹੇ ਹਾਂ, ਆਪਣੀ ਯਾਰੀਆਂ ਪਾਲ ਰਹੇ ਹਾਂ, ਆਪਣੇ TRP ਵਾਸਤੇ ਹਰ ਹਰਬਾ ਵਰਤ ਰਹੇ ਹਾਂ। जी ਸੋ ਇਸ ਕਰਕੇ ਇੱਕ ਮੈਨੂੰ ਲੱਗਦਾ ਕਿ ਕਿਸੇ ਕਿਸਮ ਦਾ ਟਕਰਾਓ ਦੀ ਸਥਿਤੀ ਜਿਹੜੀ ਬਣਦੀ ਹੈ ਉਦੋਂ ਬਣਦੀ ਹੈ ਜਦੋਂ ਅਸੀਂ ਇਮਬੈਲੈਂਸ ਹੋ ਜਾਂਦੇ ਹਾਂ, ਜਰਨਲਿਸਟ ਹੋ ਜਾਂਦਾ ਹੈ ਔਰ ਸਿਆਸਤਦਾਨ ਵੀ ਹੋ ਜਾਂਦਾ ਹੈ। ਸੋ ਸਿਆਸਤਦਾਨ ਨੂੰ ਤਾਂ ਬਿਲਕੁਲ ਤਾਰ ਤੇ ਤੁਰਨ ਦੇ ਬਰਾਬਰ ਵਰਗੀ ਗੱਲ ਹੋ ਜਾਂਦੀ ਹੈ। ਔਰ ਮੈਂ ਕੱਲ ਪਰਸੋਂ ਇੱਕ ਪੈਨਲ ਡਿਸਕਸ਼ਨ ਸੁਣ ਰਿਹਾ ਸਾਂ, ਉਹਦੇ 'ਚ ਤਾਂ ਦੋ ਪੋਲੀਟੀਕਲ ਪਾਰਟੀਆਂ ਦੇ ਜਿਹੜੇ ਓਪੋਨੈਂਟ ਸੀਗੇ ਉਹ ਆਪਸ ਦੇ ਵਿੱਚ ਗਾਲੀ ਗਲੋਚ ਤੇ ਪਹੁੰਚ ਗਏ। ਉਹ ਭਾਈ ਉਹਨਾਂ ਨੂੰ ਵੀ ਪਤਾ ਹੋਣਾ ਚਾਹੀਦਾ ਵੀ ਗਾਲੀ ਗਲੋਚ ਦੀ ਧਰਤੀ ਹੋਰ ਹੈ, ਉਹ ਕੈਮਰਾ ਨਹੀਂ ਹੈ। ਕੈਮਰਾ ਯੁੱਧ ਲਈ ਨਹੀਂ ਹੁੰਦਾ, ਕੈਮਰਾ ਤਾਂ ਆਪਣੇ ਵਿਚਾਰ ਦੇ ਆਦਾਨ ਪ੍ਰਦਾਨ ਵਾਸਤੇ ਹੈ। ਪਰ ਜਿਹੜੇ ਐਂਕਰ ਵੀ ਕਈ ਵਾਰੀ ਸ਼ਬਦ ਇਹੋ ਜਿਹਾ ਵਰਤ ਜਾਂਦੇ ਨੇ ਜਿਹੜਾ ਮਤਲਬ ਕਿਸੇ ਨੂੰ ਗ੍ਰਿਲ ਕਰ ਜਾਂਦਾ, ਚੁੱਭ ਜਾਂਦਾ। ਸੋ ਸਾਨੂੰ ਸਾਰਿਆਂ ਨੂੰ ਇਸ ਵਕਤ, ਕਿਉਂਕਿ ਜਦੋਂ ਸਾਰਾ ਕੁਝ ਬੜਾ ਤਰਲ ਹੋਇਆ ਪਿਆ, ਬੜਾ ਸੁਚੇਤ ਪੱਧਰ ਤੇ, ਬਾਕੀ ਮੈਂ ਬੀਇੰਗ ਪੰਜਾਬੀ, ਬੀਇੰਗ ਇੱਕ ਜ਼ਿੰਮੇਵਾਰ ਸ਼ਹਿਰੀ, ਮੈਂ ਇਸ ਘਟਨਾ ਦੀ ਨਿਖੇਧੀ ਵੀ ਕਰਦਾ ਤੇ ਨਾਲ ਦੀ ਨਾਲ ਜਰਨਲਿਸਟ ਭੈਣ ਨੂੰ ਵੀ ਇਹ ਕਹਾਂਗਾ ਕਿ ਇਨ ਫਿਊਚਰ ਬਾਕੀ ਟੱਬਰ ਵੀ ਸਾਰਾ ਜਿਹੜਾ ਜਰਨਲਿਸਟਾਂ ਦਾ ਉਹ ਵੀ ਇਸ ਤਰ੍ਹਾਂ ਦੀ ਗ੍ਰਿਲਿੰਗ ਦਾ ਇੱਕ ਜਿਹੜਾ ਇੱਕ ਵਤੀਰਾ ਉਸ ਤੋਂ ਵੀ ਗੁਰੇਜ਼ ਕਰਨ, ਕਿਉਂਕਿ ਗ੍ਰਿਲਿੰਗ ਨਾਲ ਇਰੀਟੇਸ਼ਨ ਹੁੰਦੀ ਹੈ ਔਰ ਸਾਡਾ ਜਿਹੜਾ ਪੋਲੀਟੀਕਲ ਕਰਾਊਡ ਹੈ ਉਹ ਐਡਾ ਮੈਚੋਰ ਨਹੀਂ ਹੈਗਾ ਕਿ ਉਹ ਤੁਹਾਡੀ ਭਾਵਨਾ ਨੂੰ ਸਮਝ ਸਕੇ, ਇਹ ਵੀ ਨਾ ਕਦੇ ਭੁੱਲਿਓ। ਸੋ ਇਸ ਕਰਕੇ ਇਸ ਟਕਰਾਓ ਦੀ ਸਥਿਤੀ ਤੋਂ ਬਚਣਾ ਚਾਹੀਦਾ ਹੈ। ਜੇ ਲੱਗੇ ਕਿ ਕਲਕੀ ਵੱਧ ਰਹੀ ਹੈ ਤਾਂ ਉਦੋਂ ਆਪਣੇ TRP ਦਾ ਲਾਲਚ ਨਹੀਂ ਕਰਨਾ ਚਾਹੀਦਾ, ਉਸ ਵਕਤ ਉਸ ਟਕਰਾਓ ਦੀ ਸਥਿਤੀ ਤੋਂ ਨਿਕਲਣਾ ਚਾਹੀਦਾ ਤਾਂ ਕਿ ਇੱਕ ਕੰਜੀਨੀਅਲ ਐਟਮੋਸਫੀਅਰ ਜਿਹੜਾ ਹੈਗਾ, ਇੱਕ ਸੁਖਾਵਾਂ ਜਿਹੜਾ ਮਾਹੌਲ ਹੈ ਉਹ ਬਣਿਆ ਰਹੇ। ਠੀਕ ਹੈ ਜੀ। ਐਗਜ਼ਾਮ ਜਿਹੜੇ ਨੇ ਜੀ ਰੱਦ ਕੀਤੇ ਜਾ ਰਹੇ ਨੇ ਵੱਖ ਵੱਖ ਬੋਰਡਾਂ ਵੱਲੋਂ, ਕੀ ਅਪਡੇਟਸ ਨੇ ਜੀ? ਅੱਜ ਜਿਹੜੇ ਭਾਰਤ ਦੇ ਸਿੱਖਿਆ ਮੰਤਰੀ ਨੇ ਡਾਕਟਰ ਰਮੇਸ਼ ਪੋਖਰਿਆਲ ਨਿਸ਼ਾਂਕ, ਉਹ ਆਪ ਪ੍ਰੋਫੈਸਰ ਰਹੇ ਨੇ ਔਰ ਉਹਨਾਂ ਨੇ PhD ਨੇ, ਡਾਕਟਰੇਟ ਨੇ, ਉਹਨਾਂ ਨੇ ਕਿਹਾ ਕਿ ਜਿਹੜੇ ਫਰਵਰੀ ਦੇ ਵਿੱਚ CBSE ਦੇ ਇਮਤਿਹਾਨ ਸ਼ੁਰੂ ਹੋਣੇ ਸੀ ਉਹ ਲੰਬੇ ਸਮੇਂ ਵਾਸਤੇ ਅਸੀਂ ਮੁਲਤਵੀ ਇਸ ਵਾਸਤੇ ਕੀਤੇ ਕਿ ਕੋਰੋਨਾ ਵਾਇਰਸ ਜਿਹੜਾ ਹੈਗਾ ਉਹ ਫਿਰ ਸਿਰ ਚੁੱਕ ਰਿਹਾ। ਸੋ ਅਸੀਂ ਫਰਵਰੀ ਦੇ ਵਿੱਚ ਜਿਹੜੇ ਹੋਣ ਵਾਲੇ ਐਗਜ਼ਾਮ ਨੇ ਉਹਨਾਂ ਬਾਰੇ ਬਾਅਦ 'ਚ ਨੋਟੀਫਾਈ ਕਰਾਂਗੇ ਕਦੋਂ ਸ਼ੁਰੂ ਕਰਨੇ ਨੇ। ਠੀਕ ਹੈ ਜੀ। ਗਿੱਲ ਸਾਹਿਬ, ਇਹ ਵੀ ਖਬਰ ਆ ਰਹੀ ਹੈ ਜੀ ਕਿ ਕੁਝ ਰਿਟਾਇਰਡ ਆਫੀਸਰ ਨੇ, ਉਹਨਾਂ ਨੇ ਬੁੱਕਸ ਜਿਹੜੀਆਂ ਨੇ ਜੀ ਕਲੈਕਟ ਕਰਕੇ ਭੇਜ ਰਹੇ ਨੇ ਜੀ, ਇਹ ਕੀ ਖਬਰ ਹੈ ਜੀ? ਪੰਜਾਬ ਦੇ ਜਿਹੜੇ ਰਿਟਾਇਰਡ ਕੁਝ ਵੱਡੇ ਅਧਿਕਾਰੀ ਨੇ, ਕੁਝ ਤਾਂ ਉਦੋਂ ਚੀਫ ਸੈਕਟਰੀ ਨੇ MS ਚਾਹਲ ਵਰਗੇ, ਰਮੇਸ਼ ਇੰਦਰ ਸਿੰਘ ਵਰਗੇ ਔਰ ਸਰਵਸਵਰਨ ਸਿੰਘ ਬੋਪਾ ਰਾਏ ਜਿਹੜੇ ਵਾਈਸ ਚਾਂਸਲਰ ਰਹੇ ਨੇ ਪੰਜਾਬ ਯੂਨੀਵਰਸਿਟੀ ਪਟਿਆਲਾ ਦੇ, ਕੁਲਵੀਰ ਸਿੰਘ ਸਿੱਧੂ, ਇਕਬਾਲ ਸਿੰਘ ਸਿੱਧੂ, ਗੁਰਦੇਵ ਸਿੰਘ ਸਿੱਧੂ, BD ਤਰਨੈਚ ਔਰ TR ਸਰੰਗਲ, ਇਹ 12-15 ਹੋਰ ਵੀ ਬਿਊਰੋਕਰੇਟ ਜਿਹੜੇ ਨੇ, ਉਹਨਾਂ ਦੀ ਮੀਟਿੰਗ ਸੀ ਕੱਲ੍ਹ ਚੰਡੀਗੜ੍ਹ ਦੇ ਵਿੱਚ। ਤੇ ਉਹਨਾਂ ਨੇ ਇੱਕ ਤਾਂ ਆਪਣੀ ਹਮਾਇਤ ਕੀਤੀ ਹੈ ਕਿਸਾਨ ਮੋਰਚੇ ਨੂੰ ਕਿ ਕਿਸਾਨ ਦੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਉਹ ਤੁਰੰਤ ਮੰਨੀਆਂ ਜਾਣੀਆਂ ਚਾਹੀਦੀਆਂ ਨੇ, ਔਰ ਉਹਨਾਂ ਨੇ ਗਵਰਨਮੈਂਟ ਆਫ ਇੰਡੀਆ ਨੂੰ ਵੀ ਅਪੀਲ ਕੀਤੀ ਹੈ ਕਿ ਇਹਨਾਂ ਦਾ ਟਕਰਾਓ ਜਿਹੜਾ ਹੈਗਾ ਇਹਨਾਂ ਨਾਲ ਨਾ ਲਿਆ ਜਾਵੇ, ਕਿਉਂਕਿ ਉਹਦੇ ਨਾਲ ਟੋਟਲ ਜਿਹੜੀ ਇਕਨੋਮੀ ਹੈ ਉਹ ਵੀ ਟਾਰਨਿਸ਼ ਹੋ ਰਹੀ ਹੈ ਔਰ ਇਹ ਬਿੱਲ ਜਿਹੜੇ ਨੇ ਕਿਸੇ ਤਰ੍ਹਾਂ ਨਾਲ ਵੀ ਪਾਸ ਕਰਨ ਦੇ ਕਾਬਿਲ ਨਹੀਂ ਹੈਗੇ, ਔਰ ਇਹਨਾਂ ਦੇ ਨਾਲ ਜਿਹੜੀਆਂ ਕੰਪਲਿਕੇਸ਼ਨ ਪ੍ਰਬੰਧਕੀ ਵੀ ਆਉਣਗੀਆਂ ਉਹ ਵੀ ਖਤਰਨਾਕ ਨੇ, ਔਰ ਇਹਨਾਂ ਨੇ ਜਿਹੜਾ ਆਪਣੇ ਕੁਝ ਤਾਂ ਆਰਥਿਕ ਸਹਾਇਤਾ ਵੀ ਭੇਜ ਰਹੇ ਨੇ, ਨਾਲ ਦੀ ਨਾਲ ਲਗਭਗ 1.25 ਲੱਖ ਰੁਪਏ ਦੀਆਂ ਕਿਤਾਬਾਂ ਪੜ੍ਹਨ ਵਾਸਤੇ ਕਿਸਾਨਾਂ ਨੂੰ ਭੇਜ ਰਹੇ ਨੇ, ਜਿਸ ਵਿੱਚੋਂ ਬਹੁਤ ਸਾਰੀਆਂ ਕਿਤਾਬਾਂ ਇਹਨਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀਆਂ ਛਾਪੀਆਂ ਹੋਈਆਂ ਕਿਤਾਬਾਂ ਚੁਣੀਆਂ ਨੇ ਔਰ ਕੁਝ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਜਿਹੜੀਆਂ ਕਿਸਾਨਾਂ ਦੇ ਕੰਮ ਦੀਆਂ ਪੁਸਤਕਾਂ ਨੇ, ਲਗਭਗ 1,000 ਕਿਤਾਬ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਉਹਨਾਂ ਨੇ ਪਰਚੇਜ਼ ਕੀਤੀ ਹੈ ਜਿਹੜੀ ਉਹ ਕਿਸਾਨਾਂ ਨੂੰ ਉੱਥੇ ਮੁਫਤ ਵੰਡਣਗੇ ਵੱਖ ਵੱਖ ਆਊਟਲੈਟ ਤੇ, ਟਿਕਰੀ ਵੀ ਔਰ ਸਿੰਘੂ ਬਾਰਡਰ ਤੇ ਵੀ। ਠੀਕ ਅੱਜ ਹੈ ਜੀ। ਇਹਨਾਂ ਦੇ ਨੁਮਾਇੰਦੇ ਕੁਲਵੀਰ ਸਿੰਘ ਸਿੱਧੂ ਹੋਰਾਂ ਨੇ ਇਹ ਗੱਲ ਦੱਸੀ ਕਿ ਇਹ ਪਹਿਲੀ ਖੇਪ ਹੋਵੇਗੀ, ਇਸ ਤੋਂ ਬਾਅਦ ਵਿੱਚ ਅਸੀਂ ਲਗਾਤਾਰ ਜਿੰਨਾ ਚਿਰ ਮੋਰਚਾ ਚੱਲੇਗਾ ਉਹਨਾਂ ਨੂੰ ਗਿਆਨ ਸਾਹਿਤ, ਸਿਹਤ ਨਾਲ ਸੰਬੰਧਿਤ ਸਾਹਿਤ, ਖੇਤੀਬਾੜੀ ਸਾਹਿਤ ਔਰ ਜ਼ਿੰਦਗੀ ਉਸਾਰਨ ਵਾਲਾ ਸਾਹਿਤ ਉਹਨਾਂ ਨੂੰ ਇਸੇ ਤਰ੍ਹਾਂ ਸਪਲਾਈ ਕਰਦੇ ਰਵਾਂਗੇ, ਔਰ ਹੋਰ ਵੀ ਬਹੁਤ ਸਾਰੀਆਂ ਸੰਸਥਾਵਾਂ ਕਰ ਰਹੀਆਂ ਨੇ ਪਰ ਇਹਨਾਂ ਨੇ ਇਸ ਗੱਲ ਦੀ ਪਹਿਲਕਦਮੀ ਕਰਕੇ ਇੱਕ ਸਬ ਕਮੇਟੀ ਬਣਾਈ ਜਿਹਦੇ 'ਚ ਮਿਸਟਰ GK ਸਿੰਘ ਜਿਹੜੇ ਡਿਪਟੀ ਕਮਿਸ਼ਨਰ ਰਹੇ ਨੇ ਪਟਿਆਲੇ ਦੇ ਔਰ ਸਰ ਇਕਬਾਲ ਸਿੰਘ ਸਿੱਧੂ ਜਿਹੜੇ ਅੰਮ੍ਰਿਤਸਰ ਦੇ ਤੇ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਰਹੇ ਨੇ ਔਰ ਨਾਲ ਉਹਦੇ ਸਰਬਜੀਤ ਸਿੰਘ ਜਰਨਲਿਸਟ ਨੇ ਬਹੁਤ ਅੱਛੇ, ਸਰਬਜੀਤ ਸਿੰਘ ਧਾਲੀਵਾਲ,
ਮੈਂ ਸਬ ਕਮੇਟੀ ਬਣਾ ਕੇ ਤੇ ਉਹਨਾਂ ਨੇ ਉਹ ਲਿਟਰੇਚਰ ਕੱਲ ਨੂੰ ਇਕੱਠਾ ਕਰਕੇ ਤੇ ਪਰਸੋਂ ਤੀਕ ਇਹਨਾਂ ਦੋਵਾਂ ਸਰਹੱਦ ਬਾਰਡਰ ਉੱਤੇ ਪਹੁੰਚਾਉਣ ਦਾ ਪ੍ਰਬੰਧ ਕੀਤਾ ਹੈ। ਠੀਕ ਹੈ ਜੀ। ਗਿੱਲ ਸਾਹਿਬ, ਮਾੜੀਆਂ ਖਬਰਾਂ ਜਿਹੜੀਆਂ ਨੇ ਜੀ, ਕਿਸਾਨ ਅੰਦੋਲਨ ਤੋਂ ਲਗਾਤਾਰ ਆ ਰਹੀਆਂ ਨੇ, ਵੱਖਰੇ ਵੱਖਰੇ ਐਕਸੀਡੈਂਟਸ ਹੋ ਰਹੇ ਨੇ ਜੀ, ਹੋਰ ਇਸ ਤਰ੍ਹਾਂ ਦਾ ਇੱਕ ਐਕਸੀਡੈਂਟ ਦੀ ਖਬਰ ਆ ਰਹੀ ਹੈ ਜੀ। ਖਬਰ ਬੜੀ ਮੰਦੀ ਹੈ ਜੀ। ਬਿਲਕੁਲ ਸਾਡੇ ਗੁਆਂਢ 'ਚ ਇੱਥੇ ਬਿਲਕੁਲ ਹੀ ਜਾਗਪੁਰ ਪਿੰਡ ਹੈ ਬੁੱਲਾਂਪੁਰ ਦੇ ਨਾਲ, ਉੱਥੋਂ ਦਾ ਇੱਕ ਨੌਜਵਾਨ ਸੀ ਹਰਮਿੰਦਰ ਸਿੰਘ, ਉਹ 26 ਤਰੀਕ ਨੂੰ ਪਹਿਲਾਂ ਤਾਂ ਗਿਆ ਮੋਰਚੇ 'ਤੇ ਜੀ ਔਰ ਆਪਣੇ ਦੋਸਤਾਂ ਨਾਲ ਗਿਆ, ਗਿਆ ਵੀ ਮੋਟਰਸਾਈਕਲ 'ਤੇ ਹੈ, ਅਤੇ ਉੱਥੋਂ ਫਿਰ ਰਹਿ ਕੇ 10-15 ਦਿਨ ਤਾਂ ਫਿਰ ਵਾਪਸ ਮੁੜ ਆਇਆ। ਇੱਥੋਂ ਕੁਛ ਬਾਲਣ ਲੈ ਕੇ ਜਾਣਾ ਸੀ ਲੱਕੜੀਆਂ ਵਾਸਤੇ, ਲੱਕੜੀਆਂ ਦਾ ਬਾਲਣ, ਅਤੇ ਉਹ ਟਰੱਕ ਲੋਡ ਭੇਜ ਕੇ ਇੱਥੋਂ ਅਤੇ ਫਿਰ ਦੁਬਾਰਾ ਗਿਆ ਅਤੇ 21 ਤਰੀਕ ਨੂੰ ਉੱਥੋਂ ਵਾਪਸ ਆ ਰਿਹਾ ਸੀ ਕੱਲ੍ਹ, ਅਤੇ ਧਨੌਲੇ ਦੇ ਕੋਲ ਅੱਗੋਂ ਅਵਾਰਾ ਪਸ਼ੂ ਸੜਕ 'ਤੇ ਖੜ੍ਹੇ ਸੀ ਜਿਹੜੇ, ਇੱਕਦਮ ਕ੍ਰਾਸ ਕਰ ਗਏ ਅਤੇ ਉਹਨਾਂ ਦੇ ਵਿੱਚ ਉਹਨਾਂ ਦਾ ਮੋਟਰਸਾਈਕਲ ਹਿੱਟ ਕੀਤਾ, ਜਿਹਦੇ ਨਾਲ 2 ਜਣੇ ਸੀ। ਇਹ ਹਰਮਿੰਦਰ ਦੀ ਤਾਂ ਮੌਕੇ 'ਤੇ ਮੌਤ ਹੋ ਗਈ ਔਰ ਦੂਸਰਾ ਵੀ ਜ਼ਖਮੀ ਹੈ, ਔਰ ਉਹਦੇ ਭਰਾ ਨੇ ਦੱਸਿਆ ਕਿ ਉਹ 21 ਨੂੰ ਆ ਕੇ ਦਿਨ ਫਿਰ ਦੁਬਾਰਾ ਜਾਣਾ ਸੀ, ਇਹਦਾ ਸੁਨੇਹਾ ਪਹਿਲਾਂ ਦਿੱਤਾ ਹੋਇਆ ਸੀ ਉਹਨੇ। ਸੋ ਇਸ ਨੂੰ ਵੀ ਬਹੁਤ ਇੱਕ ਮੰਦਭਾਗੀ ਘਟਨਾ ਵਾਂਗ ਵੇਖਣ ਦੀ ਲੋੜ ਹੈ। ਜੀ, ਪਾਕਿਸਤਾਨ ਵੀ ਯਾਤਰੀ ਜਾ ਰਹੇ ਨੇ ਜੀ, ਦਰਸ਼ਨ ਕਰਨ ਦੇ ਲਈ ਕੀ ਅਪਡੇਟ ਹੈ ਜੀ ਉਸਦੇ ਬਾਰੇ? ਪਾਕਿਸਤਾਨ 'ਚ ਹਰ ਸਾਲ ਵੱਖ ਵੱਖ ਮੌਕਿਆਂ 'ਤੇ ਕੁਛ ਯਾਤਰੀਆਂ ਨੂੰ ਵੀਜ਼ਾ ਦਿੱਤਾ ਜਾਂਦਾ ਹੈ, ਜਿਹਦੇ 'ਚ ਕਟਾਸ ਰਾਜ ਦੀ ਯਾਤਰਾ ਬਹੁਤ ਪਵਿੱਤਰ ਮੰਨੀ ਜਾਂਦੀ ਹੈ, ਜੀ ਅਤੇ ਇਸੇ ਤਰ੍ਹਾਂ ਦੇ ਨਾਲ ਹੀ ਇੱਕ ਉੱਥੇ ਉਹਨਾਂ ਦਾ ਸ਼ੈਦਾਨੀ ਦਰਬਾਰ ਹੈ ਸਿੰਧ ਦੇ ਵਿੱਚ, ਉੱਥੇ ਵੀ ਕੁਛ ਸ਼ਰਧਾਲੂ ਜਾਂਦੇ ਨੇ। ਸੋ ਦੋ ਜਥਿਆਂ ਨੂੰ ਪ੍ਰਵਾਨਗੀ ਮਿਲੀ ਹੈ, ਜਿਹਦੇ 'ਚੋਂ ਇੱਕ 'ਚ 47 ਆਦਮੀ ਨੇ ਅਤੇ ਦੂਸਰੇ ਵਿੱਚ 44 ਆਦਮੀ ਨੇ, ਆਦਮੀ ਔਰਤਾਂ। ਸੋ ਇਹ ਨਵੰਬਰ ਦਸੰਬਰ ਦੇ ਵਿੱਚ ਵਿੱਚ ਹੀ ਇਹਨਾਂ ਨੇ ਜਾ ਕੇ ਪਰਤਾਉਣਾ। ਸੋ ਅਗਲੇ ਦਿਨਾਂ ਦੇ ਵਿੱਚ, 1-2 ਦਿਨਾਂ ਦੇ ਵਿੱਚ ਜਥੇ ਜਿਹੜੇ ਨੇ ਇਹ ਅਟਾਰੀ ਸਰਹੱਦ ਰਾਹੀਂ ਇਹਨਾਂ ਤੀਰਥਾਂ ਦੀ ਯਾਤਰਾ ਕਰਕੇ ਪਰਤਾਉਣਗੇ। ਜੀ, ਬਠਿੰਡੇ ਸ਼ਹਿਰ ਤੋਂ ਗਿੱਲ ਸਾਹਿਬ ਇੱਕ ਖਬਰ ਹੈ ਕਿ ਇੱਕ ਪਿੰਡ ਹੈ ਜੀ ਜਿੱਥੇ ਕਿ ਕਾਫੀ ਜ਼ਿਆਦਾ ਵਧੀਆ ਲੈਵਲ ਦਾ ਵਿਕਾਸ ਹੋ ਰਿਹਾ ਜੀ, ਉਹ ਸੁਰਖੀਆਂ 'ਚ ਹੈ ਜੀ, ਉਹਦੇ ਬਾਰੇ ਦੱਸੋ। ਅੱਜ ਬਠਿੰਡਾ ਜ਼ਿਲ੍ਹੇ ਦੇ ਪਿੰਡ ਮਾਣਕਖਾਨਾ ਪਿੰਡ ਹੈ ਕੋਈ, ਉਸ ਪਿੰਡ ਦੇ ਵਿੱਚ ਪੜ੍ਹੀ ਲਿਖੀ ਉਹਨਾਂ ਦੀ ਸਰਪੰਚ ਹੈ ਬੀਬਾ ਸੈਸ਼ਨ ਦੀਪ ਕੌਰ ਸਿੱਧੂ, ਜੀ ਉਹਨੇ ਗ੍ਰਾਮ ਸਭਾ ਕੀਤੀ ਔਰ ਗ੍ਰਾਮ ਸਭਾ ਦੇ ਵਿੱਚ ਉਹਨੇ ਜਿਹੜੇ ਕੰਸਰਨਡ ਮਹਿਕਮੇ ਜਿਹੜੇ ਨੇ ਉਹਨਾਂ ਦੇ ਮੁਖੀ ਵੀ ਬੁਲਾਏ ਹੋਏ ਸੀ ਪਿੰਡ ਦੇ ਵਿੱਚ, ਗ੍ਰਾਮ ਸਭਾ ਦੇ ਵਿੱਚ। ਔਰ ਜਿਹੜਾ ਪਿੰਡ ਦਾ ਬਜਟ ਹੈ ਸਾਲ ਭਰ ਦਾ ਪੰਚਾਇਤ ਦਾ, ਉਹ ਵੀ ਉਹਨੇ ਗ੍ਰਾਮ ਸਭਾ 'ਚ ਪਾਸ ਕਰਵਾਇਆ ਔਰ ਉਹ ਬਜਟ ਹੈਗਾ 45,41,000 ਰੁਪਏ ਦਾ। ਔਰ ਜਿਹੜੇ ਫੈਸਲੇ ਕੀਤੇ ਨੇ ਬੜੇ ਇਨਕਲਾਬੀ ਕਿਸਮ ਦੇ ਨੇ, ਜਿਵੇਂ ਪਿੰਡ ਦੇ ਵਿੱਚ CCTV ਕੈਮਰੇ ਸਾਰੇ ਦੇ ਪਿੰਡ ਦੇ ਵਿੱਚ ਲਾਉਣ ਦਾ ਫੈਸਲਾ ਕੀਤਾ ਉਹਨਾਂ ਨੇ, ਔਰ ਨਾਲ ਦੀ ਨਾਲ ਉਸ ਪਿੰਡ ਦੇ ਪ੍ਰਾਇਮਰੀ ਸਕੂਲ ਦੇ ਕਮਰਿਆਂ ਦੀ ਉਸਾਰੀ, ਕੁਛ ਜਿਹੜੇ ਬੱਚੇ ਨੂੰ ਨਹੀਂ ਸਹੂਲਤਾਂ ਹੈਗੀਆਂ ਉਹਨਾਂ ਵਾਸਤੇ ਕਮਰੇ ਉਸਾਰੀ ਕਰਨੀ ਹੈ, ਪੂਰੇ ਪਿੰਡ ਵਾਸਤੇ RO ਸਿਸਟਮ ਪਾਣੀ ਦਾ ਪ੍ਰਬੰਧ ਕਰਨਾ, ਸ਼ੁੱਧ ਪਾਣੀ ਦਾ, ਜਿਮਨੇਜ਼ੀਅਮ ਲਈ ਸਮਾਨ ਲੈਣਾ, ਬੱਸ ਸਟੈਂਡ ਦੀ ਉਸਾਰੀ ਕਰਨੀ ਹੈ, ਪਿੰਡ ਦੇ ਸ਼ਮਸ਼ਾਨ ਘਾਟ ਤੇ ਕਬਰਿਸਤਾਨ ਦੀ ਮੁਰੰਮਤ ਦਾ ਕਾਰਜ ਕਰਨਾ, ਔਰ ਛੱਪੜ ਜਿਹੜਾ ਪਿੰਡ ਦੇ ਵਿੱਚ ਹੈ ਉਹਦਾ ਨਵੀਨੀਕਰਨ ਕਰਨਾ, ਔਰ ਇੱਕ ਪਾਰਕ ਹੈ ਪਿੰਡ 'ਚ ਬਣਿਆ ਹੋਇਆ ਜਿਹਨੂੰ ਸ਼ਹੀਦ ਭਗਤ ਸਿੰਘ ਦੇ ਚਾਚਾ ਜੀ ਸਰਦਾਰ ਅਜੀਤ ਸਿੰਘ ਦੇ ਨਾਂ ਦੇ ਉੱਤੇ ਉਹਨਾਂ ਰੱਖਣ ਦਾ ਫੈਸਲਾ ਕੀਤਾ, ਪਿੰਡ ਤੋਂ ਉਹਨਾਂ ਨੇ ਪ੍ਰਵਾਨਗੀ ਲਈ ਹੈ। ਔਰ ਵਧੀਆ ਗੱਲ ਇਹ ਹੈ ਕਿ ਜਦੋਂ ਸਹਿਕਾਰਤਾ ਮਹਿਕਮੇ ਦਾ AR ਹਰਮੀਤ ਸਿੰਘ ਭੁੱਲਰ ਉੱਥੇ ਹਾਜ਼ਰ ਸੀਗਾ, ਉਹਨੇ ਪਿੰਡ ਦੀ ਲਾਇਬ੍ਰੇਰੀ ਵਾਸਤੇ 15,000 ਰੁਪਏ ਆਪਣੀ ਜੇਬ 'ਚੋਂ ਦਿੱਤਾ, ਔਰ ਇੱਕ ਉੱਥੇ ਗ੍ਰਾਮ ਸੇਵਕ ਸੀ ਇੱਕ ਨੌਜਵਾਨ, ਉਸਨੇ ਵੀ ਕਿਤਾਬਾਂ ਦਾ ਸੈਟ ਪੇਂਟ ਕੀਤਾ। ਇਸ ਤੋਂ ਬਿਨਾਂ ਆਲ ਇੰਡੀਆ ਰੇਡੀਓ ਬਠਿੰਡਾ ਦੀ ਇੱਕ ਪੇਸ਼ਕਾਰ ਹੈ ਬੀਬਾ ਖੁਸ਼ਦੀਪ ਕੌਰ ਸਿੱਧੂ, ਉਹਨੇ ਸਮਾਜਿਕ ਕੁਰੀਤੀਆਂ ਦੇ ਖਿਲਾਫ ਲੋਕਾਂ ਨੂੰ ਜਦੋਂ ਸੁਚੇਤ ਕੀਤਾ ਤਾਂ ਉਸ ਨੂੰ ਵੀ ਲੋਕਾਂ ਨੇ ਚੰਗਾ ਹੁੰਗਾਰਾ ਭਰਿਆ। ਔਰ ਮੈਨੂੰ ਲੱਗਦਾ ਕਿ ਜੇ ਧੀਆਂ ਭੈਣਾਂ ਆਪਣੇ ਕੰਮ ਨੂੰ ਹੱਥ 'ਚ ਲੈ ਲੈਣ, ਇਸ ਤਰ੍ਹਾਂ ਨਾਲ ਪਿੰਡ ਦੇ ਵਿਕਾਸ ਨੂੰ, ਪਿੰਡ ਦੇ ਵਿਨਾਸ਼ਕਾਰੀ ਹਿੱਤਾਂ ਦੀ ਜਿਹੜੀ ਲੋਕ ਪੂਰਤੀ ਕਰਦੇ ਨੇ ਉਹਨਾਂ ਨੂੰ ਟੋਕਣ ਵਿੱਚ ਕੰਟਰੀਬਿਊਟ ਕਰਨ, ਤਾਂ ਸ਼ਾਇਦ ਇਹ ਗੱਲ ਬਹੁਤ ਨੇੜੇ ਹੋ ਜਾਏਗੀ ਕਿ ਸਾਨੂੰ ਆਪਣੇ ਸੁਪਨੇ ਦੀ ਪੂਰਤੀ ਹੋ ਜਾਏਗੀ, ਕਿ ਜਦੋਂ ਔਰਤ ਕਿਸੇ ਕੰਮ ਨੂੰ ਹੱਥ ਲੈਂਦੀ ਹੈ ਉਹ 100% ਸਿਨਸੈਰਿਟੀ ਨੂੰ ਲੈਂਦੀ ਹੈ, ਬੰਦਾ ਫਿਰ ਵੀ ਕਿਤੇ ਨਾ ਕਿਤੇ ਅੱਖ ਦੀ ਨੱਕ ਨਬੂਈ ਦੀ ਸ਼ਰਮ ਕਰ ਜਾਂਦਾ, ਪਰ ਔਰਤ ਜਦੋਂ ਫੈਸਲਾ ਲੈ ਲੈਂਦੀ ਹੈ ਉਦੋਂ ਬਾਅਦ ਪੂਰਤੀ ਵਾਸਤੇ ਜਦੋਂ ਕਰਮ ਕਮਰ ਕੱਸਾ ਕਰ ਲੈਂਦੀ ਹੈ ਉਹਨੂੰ ਧਰਤੀ ਦੀ ਕੋਈ ਸ਼ਕਤੀ ਰੋਕਣ ਟੋਕਣ ਵਾਲੀ ਨਹੀਂ ਹੁੰਦੀ। ਸੋ ਮੈਂ ਸਮਝਦਾ ਕਿ ਸੈਸ਼ਨ ਦੀਪ ਕੌਰ ਜਿਹੜੀ ਬਿਟੀਆ ਇਸ ਪਿੰਡ ਦੀ ਸਰਪੰਚ ਬਣੀ ਹੈ ਉਹਦੇ ਰਾਹੀਂ ਪਿੰਡ ਦਾ ਕਾਇਆਕਲਪ ਮਾਣਕਖਾਨੇ ਦਾ ਲਾਜ਼ਮੀ ਹੋਵੇਗਾ। ਸੋ ਇਸ ਗੱਲ ਦੇ ਵਾਸਤੇ ਬਠਿੰਡਾ ਜ਼ਿਲ੍ਹਾ ਤੇ ਜ਼ਿਲ੍ਹੇ ਦਾ ਇਹ ਪਿੰਡ ਪਹਿਲਕਦਮੀ ਕਰ ਰਿਹਾ ਹੋਵੇਗਾ ਪੂਰੇ ਪੰਜਾਬ 'ਚ, ਜਿਸ ਕੋਲ ਆਪਣੀਆਂ ਇਸ ਕਿਸਮ ਦੀਆਂ ਸਹੂਲਤਾਂ ਹੋਣਗੀਆਂ। ਬਹੁਤ ਵਧੀਆ ਜੀ।
ਹੋਰ ਕੋਈ ਅਪਡੇਟ ਗਿੱਲ ਸਾਹਿਬ ਪ੍ਰੋਗਰਾਮ ਦੇ ਅਖੀਰ ਵਿੱਚ ਤੁਸੀਂ ਸਾਂਝੀ ਕਰਨਾ ਚਾਹੁੰਦੇ ਹੋ ਦਰਸ਼ਕਾਂ ਨੂੰ? ਨਿੱਕੀਆਂ ਨਿੱਕੀਆਂ ਗੱਲਾਂ ਨੇ ਜੀ ਕਈ ਸਾਰੀਆਂ, ਜਿਵੇਂ ਉਹਦੇ 'ਚ ਇੱਕ ਵਾਈਸ ਚਾਂਸਲਰ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਫਰੀਦਕੋਟ ਦੇ ਡਾਕਟਰ ਰਾਜ ਬਹਾਦਰ ਨੇ, ਜਿਹੜੇ ਪੀਜੀਆਈ 'ਚ ਲੰਮਾ ਸਮਾਂ ਹੱਡੀਆਂ ਦੇ ਮਹਿਕਮੇ ਦੇ ਮੁਖੀ ਰਹੇ ਨੇ, ਔਰ ਉਹਨਾਂ ਨੂੰ ਤੀਸਰੀ ਵਾਰ ਐਤਕੀ ਵਾਈਸ ਚਾਂਸਲਰ ਦਾ ਅਹੁਦਾ 3 ਸਾਲਾਂ ਵਾਸਤੇ ਫਿਰ ਸੌਂਪਿਆ ਗਿਆ। ਉਹ 2014 ਤੋਂ ਲੈ ਕੇ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ, ਔਰ ਬੜੇ ਅੱਛੇ ਮਿਹਨਤੀ ਇਨਸਾਨ ਨੇ। ਸੋ ਉਹਨਾਂ ਦੇ ਇਸ ਨਿਯੁਕਤ ਦੁਬਾਰਾ ਹੋਣ ਤੇ, ਤੀਸਰੀ ਵਾਰ ਦੁਬਾਰਾ ਨਿਯੁਕਤ ਹੋਣ ਤੇ ਉਹਨਾਂ ਦਾ ਬਹੁਤ ਸਤਿਕਾਰ ਕੀਤਾ ਜਾ ਰਿਹਾ ਇਲਾਕੇ ਦੇ ਲੋਕਾਂ ਵੱਲੋਂ। ਬਾਕੀ ਅੱਜ ਤੁਹਾਡੇ ਕੈਨੇਡਾ 'ਚ ਵਸਦਾ ਗਾਇਕ ਜੈਜੀ ਬੈਂਸ ਵੀ, ਅੱਜ ਜੈਜੀ ਬੀਜੀ ਨੂੰ ਕਹਿੰਦੇ ਨੇ, ਉਹ ਵੀ ਅੱਜ ਉੱਥੇ ਧਰਨੇ ਤੇ ਪਹੁੰਚਿਆ। ਕਮਲ ਗਰੇਵਾਲ ਨੇ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਉੱਥੇ, ਉਹਨਾਂ ਨੇ ਬੜਾ ਸਪਸ਼ਟ ਕਿਹਾ ਨੌਜਵਾਨਾਂ ਨੂੰ ਕਿ ਤੁਸੀਂ ਭਾਈ ਬਗਾਵਤੀ ਨਾ ਰੁੱਖ ਅਖਤਿਆਰ ਕਰੋ, ਇਹ ਧਰਤੀ ਸਾਡੀ ਹੈ, ਇਹ ਲੋਕ ਸਾਡੇ ਦੇ, ਦੁੱਖ ਸਾਡੇ ਨੇ, ਸੁੱਖ ਸਾਡੇ ਸਾਂਝੇ ਨੇ, ਔਰ ਉਹਨਾਂ ਦੀ ਪ੍ਰਾਪਤੀ ਵਾਸਤੇ ਅਸੀਂ ਇੱਥੇ ਵਿਚਾਰਾਂ ਵਾਲੇ ਬਣ ਕੇ ਆਏ ਹਾਂ, ਹਥਿਆਰਾਂ ਵਾਲੇ ਬਣ ਕੇ ਨਹੀਂ ਆਏ। ਇੱਕ ਉਹਨੇ ਗੱਲ ਕਹੀ ਕਿ ਜਿਹੜਾ ਦਿਨ ਹੈ ਉਹਨੂੰ ਬਿਤਾਉਣ ਵਾਸਤੇ ਸਾਨੂੰ ਬਜ਼ੁਰਗਾਂ ਕੋਲ ਬਹਿਣਾ ਚਾਹੀਦਾ, ਉਹਨਾਂ ਦੀਆਂ ਗੱਲਾਂ ਸੁਣਨੀਆਂ ਚਾਹੀਦੀਆਂ ਨੇ, ਕੋਈ ਚੰਗੀ ਕਿਤਾਬ ਪੜ੍ਹਨੀ ਚਾਹੀਦੀ ਹੈ, ਚੰਗਾ ਸੰਗੀਤ ਸੁਣਨਾ ਚਾਹੀਦਾ। ਤੇ ਇੱਕ ਗੱਲ ਜਿਹੜੀ ਹੋਰ ਉਹਨੇ ਕਹੀ ਕਿ ਇਹ ਮਹੀਨਾ ਜਿਹੜਾ ਸਾਡੇ ਵਾਸਤੇ ਪੋਹ ਦਾ ਮਹੀਨਾ ਹੈ, ਇਹ ਵੈਰਾਗ ਦਾ ਮਹੀਨਾ ਹੈ, ਇਹ ਆਪਣੇ ਆਪ ਨੂੰ ਮਿਲਣ ਦਾ ਮਹੀਨਾ, ਕਿਉਂਕਿ ਏਡੀਆਂ ਵੱਡੀਆਂ ਕੁਰਬਾਨੀਆਂ ਇਸ ਮਹੀਨੇ 'ਚ ਹੋਈਆਂ ਹੋਈਆਂ ਨੇ, ਚਮਕੌਰ ਦੀ ਗੜੀ ਤੋਂ ਲੈ ਕੇ ਸਰਹੰਦ ਦੀ ਦੀਵਾਰ ਤੱਕ, ਮਾਤਾ ਗੁਜਰੀ ਦੇ ਸਵਾਸ ਤਿਆਗਣ ਤੱਕ, ਇਹ ਸਾਰੀਆਂ ਪੋਹ ਦੇ ਮਹੀਨੇ ਦਾ ਇੱਕ ਇੱਕ ਦਿਨ ਜਿਹੜਾ, ਇੱਕ ਇੱਕ ਪਲ ਜਿਹੜਾ ਸਾਡੇ ਵਾਸਤੇ ਪ੍ਰਭੂ ਮਿਲਣੇ ਦਾ ਵੇਲਾ ਹੈ। ਸੋ ਅਸੀਂ ਆਪਣੇ ਆਪ ਨੂੰ ਵੀ ਉਹਦੇ ਨਾਲ ਜੋੜੀਏ, ਔਰ ਖਿਆਲਾਂ ਦੀ ਸ਼ੁੱਧਤਾ ਲਿਆਈਏ। ਇੱਕ ਉਹ ਬਹੁਤ ਕਮਾਲ ਦੀ ਗੱਲ ਉਹਨੇ ਆਖੀ, ਜਿਹੜੀ ਭੀੜ 'ਚ ਆਮ ਤੌਰ 'ਤੇ ਬੰਦਾ ਕਹਿੰਦਾ ਨਹੀਂ, ਪਰ ਮੈਂ ਸਮਝਦਾ ਕਿ ਕਮਲ ਗਰੇਵਾਲ ਨੇ ਗੱਲ ਕਹਿ ਕੇ ਆਪਣੇ ਜ਼ਹੀਨ ਹੋਣ ਦਾ ਸਬੂਤ ਦਿੱਤਾ। ਉਹਨੇ ਕਿਹਾ ਕਿ ਇਹ ਇਸ ਘੜੀ ਤਾਂ ਇਸ ਮਹੀਨੇ ਤਾਂ ਤੁਹਾਨੂੰ ਆਪਣੇ ਆਪ ਦੀ ਅੰਦਰਲੀ ਚੁੱਪ ਵੀ ਸੁਣਨੀ ਚਾਹੀਦੀ ਹੈ, ਔਰ ਉਹਨਾਂ ਬਜ਼ੁਰਗਾਂ ਦਾ ਸਤਿਕਾਰ ਆਦਰ ਮਾਣ ਕਰਨਾ ਚਾਹੀਦਾ ਜਿਨ੍ਹਾਂ ਨੂੰ ਉਮਰਾਂ ਹੁਣ ਸਾਥ ਨਹੀਂ ਦੇ ਰਹੀਆਂ, ਪਰ ਇਹਦੇ ਬਾਵਜੂਦ ਵੀ ਉਹ ਸਾਡੇ ਨਾਲ ਇਸ ਧਰਨੇ 'ਚ ਆਏ ਹੋਏ ਨੇ, ਇਸ ਮੁਜ਼ਾਹਰੇ 'ਚ ਆਏ ਹੋਏ ਨੇ, ਇਸ ਰੋਸ 'ਚ ਆਏ ਹੋਏ ਨੇ, ਇਸ ਨਾਕੇ 'ਤੇ ਆਏ ਹੋਏ ਨੇ। ਮੇਰੀ ਸਮਝ ਮੁਤਾਬਕ, ਜਿੰਨਾ ਕੁ ਮੈਂ ਕਹਿੰਦਾ ਪੜ੍ਹਿਆ ਹੁਣ ਤੱਕ ਵੱਖ ਵੱਖ ਲਹਿਰਾਂ ਦਾ ਸਾਹਿਤ, ਕਿਸੇ ਵੀ ਮੋਰਚੇ ਦੇ ਵਿੱਚ ਧੀਆਂ ਭੈਣਾਂ ਦੀ, ਬੱਚਿਆਂ ਦੀ, ਬੀਬੀਆਂ ਦੀ ਇੰਨੀ ਵੱਡੀ ਸ਼ਮੂਲੀਅਤ ਨਹੀਂ ਹੈਗੀ, ਜਿਹਦੇ ਵਿੱਚ ਪੁੱਤਰਾਂ ਦੇ ਨਾਲ ਹੀ, ਪਤੀਆਂ ਦੇ ਨਾਲ ਹੀ ਮਾਵਾਂ ਵੀ ਤੁਰ ਪਈਆਂ ਹੋਣ, ਪਤਨੀਆਂ ਵੀ ਤੁਰ ਪਈਆਂ ਹੋਣ, ਔਰ ਉੱਥੇ ਚੁੱਲ੍ਹਾ ਚੌਂਕਾ ਬਣਾ ਕੇ ਉਹਨਾਂ ਨੂੰ ਨਾਲੋਂ ਨਾਲ ਘਰ ਦੀ ਵਰਗੀ ਰੋਟੀ ਵੀ ਦੇ ਰਹੀਆਂ ਹੋਣ, ਤੇ ਆਪਣੇ ਸੁੱਖ ਦਾ ਖਿਆਲ ਨਾ ਰੱਖਦੀਆਂ ਹੋਈਆਂ, ਦੁੱਖ ਦੀਆਂ ਭਾਈਵਾਲ ਹੋਣ, ਇਹ ਸ਼ਾਇਦ ਪਹਿਲੀ ਵਾਰ ਹੋਇਆ। ਫਿਰ ਉਹਨੇ ਕੁਛ ਸਤਰਾਂ ਗਾ ਕੇ ਸੁਣਾਈਆਂ, ਜਿਹੜੇ ਬੋਲ ਮੈਂ ਟੁੱਟਵੇਂ ਜਿਹੜੇ ਮੈਨੂੰ ਯਾਦ ਆਏ, ਉਹ ਇਹ ਕਹਿੰਦਾ ਕਿ ਉੱਠ ਕੇ ਜੋ ਬੈਠਕਾਂ ਚੋਂ ਧਰਨੇ 'ਚ ਆਏ ਨੇ, ਉੱਠ ਕੇ ਜੋ ਬੈਠਕਾਂ ਚੋਂ ਧਰਨੇ ਤੇ ਆਏ ਨੇ, ਤੁਹਾਡੇ ਨਾਲ ਖੜੇ ਭਾਵੇਂ ਮਰਨੇ ਤੇ ਆਏ ਨੇ, ਹੋ ਗਈਆਂ ਨੇ ਠੰਡੇ ਬੁਰਜ ਦਿੱਲੀ ਦੀਆਂ ਸੜਕਾਂ, ਉੱਤੇ ਵੇਖੋ ਮੌਸਮਾਂ ਦਾ ਹਾਲ, ਨੌਜਵਾਨੀਏ ਰੱਖੀ ਬੇਬੇ ਬਾਪੂ ਦਾ ਖਿਆਲ। ਸੋ ਬੜਾ ਮਨ ਦ੍ਰਵਿਤ ਹੋਇਆ, ਜੀ ਚੰਗਾ ਵੀ ਲੱਗਿਆ। ਅਸਲ 'ਚ ਆਰਟਿਸਟ ਦਾ ਧਰਮ ਵੀ ਇਹੀ ਹੁੰਦਾ ਕਿ ਉਹ ਨਾਲੋਂ ਨਾਲ ਸੰਵੇਦਨਾ ਨੂੰ ਵੀ ਜਗਾ ਕੇ ਰੱਖੇ, ਔਰ ਜੈਜੀ ਬੈਂਸ ਨੇ ਵੀ ਕੁਝ ਗੱਲਾਂ ਜਿਹੜੀਆਂ ਕੀਤੀਆਂ ਉਹ ਆਪਣੇ ਅੰਦਾਜ਼ 'ਚ ਉਹਨੇ ਕੀਤੀਆਂ, ਉਹ ਕਿਸਾਨ ਪੱਖੀ ਸਨ, ਔਰ ਜਿੱਥੇ ਕਿਤੇ ਵੀ ਗਾਇਕ ਕਿਸੇ ਨੇ ਵੀ ਦੋ ਸ਼ਬਦ ਵੀ ਕਹੇ ਨੇ, ਉਹ ਸਵਾਗਤਯੋਗ ਕਿਸਾਨਾਂ ਵੱਲੋਂ ਵੀ ਨੇ, ਲੋਕਾਂ ਵੱਲੋਂ ਵੀ ਨੇ। ਰਵਿੰਦਰ ਗਰੇਵਾਲ ਨੇ ਜਿਵੇਂ ਬਾਬਾ ਬੰਦਾ ਸਿੰਘ ਦੀ ਵਾਰ ਗਾਈ, ਬਾਬਾ ਦੀਪ ਸਿੰਘ ਦੀ ਵਾਰ ਗਾਈ ਉੱਥੇ, ਔਰ ਇਹਨਾਂ ਦਿਨਾਂ ਦੇ ਵਿੱਚ ਆਰਟਿਸਟ ਨੇ ਦੱਸਿਆ ਮੈਨੂੰ, ਹਰਭਜਨ ਮਾਨ ਹੋਣਾ ਦੱਸਿਆ, ਰਣਜੀਤ ਮੁੰਡਾ ਕੀ ਉਹਦਾ ਨਾਂ, ਰਾਣਾ ਆਪਣਾ ਕੀ ਉਹਦਾ ਨਾਂ, ਰਣਜੀਤ ਬਾਵਾ ਤੇ ਹੋਰ ਸਾਰਿਆਂ ਦੋਸਤਾਂ ਨੇ, ਜੱਸੀ ਨੇ ਵੀ ਦੱਸਿਆ ਕਿ ਇਹਨਾਂ ਦਿਨਾਂ ਦੇ ਵਿੱਚ ਅਸੀਂ ਵੱਧ ਤੋਂ ਵੱਧ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ, ਚਮਕੌਰ ਦੀ ਗੜੀ ਦਾ ਜ਼ਿਕਰ ਲੋਕ ਮਨਾਂ 'ਚ ਕਰਾਂਗੇ, ਤਾਂ ਕਿ ਉਸ ਕਿਸਮ ਦੀ ਸੰਵੇਦਨਾ ਨੂੰ ਪੁਨਰ ਸੁਰਜੀਤ ਕੀਤਾ ਜਾ ਸਕੇ ਜਿਸ ਕਿਸਮ ਦੀ ਸੰਵੇਦਨਾ ਮਨੁੱਖ ਨੂੰ ਬਹੁਤ ਲੋੜੀਂਦੀ ਹੈ। ਗਿੱਲ ਸਾਹਿਬ, ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਹੁੰਦਾ ਹੈ ਜੀ। ਆਪਾਂ ਪੰਜਾਬੀ ਨੈਸ਼ਨਲ ਦੇ ਦਰਸ਼ਕਾਂ ਤੋਂ ਹੁਣ ਆਗਿਆ ਲੈਂਦੇ ਹਾਂ ਅਤੇ ਕੱਲ੍ਹ ਨੂੰ ਫਿਰ ਮਿਲਾਂਗੇ। ਸਾਰੇ ਹੀ ਦਰਸ਼ਕਾਂ ਨੂੰ ਸਾਡੇ ਵੱਲੋਂ ਸਤਿ ਸ੍ਰੀ ਅਕਾਲ। ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ, ਔਰ ਮੈਂ ਤੇ ਇਹੀ ਅਰਦਾਸ ਕਰਾਂਗਾ ਕਿ ਪ੍ਰਮਾਤਮਾ ਸਾਡੇ ਸਾਰੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਤੌਫੀਕ ਦੇਵੇ ਕਿ ਉਹ ਜਿਹੜੇ ਪੋਹ ਮਹੀਨੇ ਦੇ ਅਗਲੇ ਦਿਨ ਰਹਿੰਦੇ ਨੇ, ਉਹ ਚਮਕੌਰ ਦੀ ਗੜੀ ਤੋਂ ਲੈ ਕੇ ਸਰਹੰਦ ਦੀਆਂ ਦੀਵਾਰਾਂ ਤੱਕ ਦਾ ਜਿਹੜਾ ਸਫ਼ਰ ਹੈ, ਉਸ ਨੂੰ ਆਪਣੇ ਸਵਾਸਾਂ 'ਚ ਰਮਾ ਲੈਣ, ਤਾਂ ਕਿ ਸਾਨੂੰ ਆਪਣੀ ਵਿਰਾਸਤ, ਉਸ ਦੀ ਸੰਵੇਦਨਾ ਦੇ ਰੂਬਰੂ ਖਲੋ ਕੇ ਆਪਣੇ ਆਪ ਨੂੰ ਮੁੜ ਅਸੈਸ ਕਰਨ ਦਾ, ਆਪਣੇ ਆਪ ਨੂੰ ਮੁੜ ਜਾਂਚਣ ਦਾ
ਚਿੰਤਨ ਦੇ ਵਿੱਚੋਂ ਆਪਣੇ ਆਪ ਨੂੰ ਕੱਢਣ ਦਾ ਮੌਕਾ ਨਸੀਬ ਹੋਵੇ। ਸੋ ਮੈਂ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਮੇਰੇ ਨਾਲ ਗੱਲਾਂ ਕੀਤੀਆਂ, ਜਿਹਦੇ ਬਹਾਨੇ ਮੈਂ ਆਪਣੇ ਮਨ ਦੀਆਂ ਗੱਲਾਂ ਕੁਝ ਕਰ ਸਕਿਆ। ਬਹੁਤ ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ।